ਅਰਦਾਸ ਕਰ ਲਈ ਸੀ। ਉਹਨਾਂ ਦੀ ਲਹਿਜਾ ਵਿੱਚ ਰਹਿ ਕੇ ਆਪਾਂ ਜਿਸ ਉੱਤੇ ਕਰਵਾਉਂਦੇ ਅਸੀਂ ਕਰੀ ਜਾਂਦੇ ਹਾਂ। ਐਸੇ ਕਰਮ ਕਰਦਾ ਜਿੱਥੇ ਲੇਖਾਂ ਨੂੰ ਸੋਹਣੇ ਸੁੰਦਰ ਬਣਾਵੇ ਜੋਗੀ, ਜੋ ਨੀਵਾਂ ਹੋ ਕੇ ਚੱਲਦਾ ਹੈ ਬਾਹੋਂ ਪਰ ਉੱਚਾ ਕਰ ਲੈਂਦਾ ਜੋਗੀ, ਸੱਚੇ ਰਹਿਮਤਾਂ ਦਾਦੇ ਦੀਆਂ ਜੀਤਾ ਸਜਦਾ ਪਾਉਂਦਾ। ਐਸੇ ਕਰਮ ਕਰੀ ਜਾਣੇ ਮਨ ਤੋਂ ਜੋ ਕਰਵਾਉਂਦਾ ਜੋਗੀ। ਅੱਜ ਝੰਡਾ ਸ਼ਲਿੰਦਰ ਤੇ ਗੁਰਿੰਦਰ ਦਾ, ਉਹਨਾਂ ਦਾ ਮੁੰਡਾ 2 ਸਾਲ ਦਾ ਹੋਇਆ, ਉਹਨਾਂ ਨੂੰ ਲੜਕੇ ਦੀਆਂ ਜਨਮ ਦੀਆਂ ਵਧਾਈਆਂ ਸਾਰੇ ਦਰਬਾਰ ਵੱਲੋਂ, ਸੇਵਾਦਾਰਾਂ ਵੱਲੋਂ, ਘਰ ਆਪਣਾ ਜੀ ਦਾ ਘਰੋਂ ਸੇਵਕਾਂ ਦੇ ਰਖਵਾਲੇ ਦਾ। ਜਕਰ ਪਾਉਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ, ਬਹੁਤ ਸੱਚੇ ਦਰਬਾਰ ਕੀ ਜੈ, ਜਕਰ ਸਾਰੇ ਦੇਵ ਦੇਵਤਿਆਂ ਦਾ ਬਹੁਤ ਸੱਚੇ ਦਰਬਾਰ ਕੀ ਜੈ, ਜਕਰ ਪੰਜਾਬੀਰਾਂ ਦਾ ਬਹੁਤ ਸੱਚੇ ਦਰਬਾਰ ਕੀ ਜੈ। ਬਾਬਾ ਜੀ ਦੇ ਚਰਨਾਂ ਚ ਬਾਬੇ ਦੇ ਦਰਬਾਰ ਤੇ ਜੁੜੀਆਂ ਸੰਗਤਾਂ ਨੂੰ ਜੈ। ਬਾਬੇ ਦੀ ਕਰਮ ਭਗ ਵਾਲੇ ਸਾਸਕ ਜੀ, ਬਾਬੇ ਦੇ ਦਰਬਾਰ ਤੇ ਹਾਜ਼ਰੀ ਲਾਉਣਾ ਹੋ ਬਾਬਾ ਜੀ, ਸਭਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ ਤਾਂ ਦੋਸਤੀਆਂ ਬਖਸ਼ਣ, ਖੁਸ਼ੀਆਂ ਨਾਲ ਚੋੜੀਆਂ ਭਰਨ, ਸਭ ਦੀਆਂ ਸਮਰਾਧਾਂ ਪੂਰੀਆਂ ਕਰਨ। ਜੋ ਵੀ ਜੈਸੀ ਵੀ ਫਰਿਆਦ ਲੈ ਕੇ ਆਇਆ, ਆਸ ਲੈ ਕੇ ਆਇਆ, ਬਾਬਾ ਜੀ ਸਭਨਾਂ ਦੀ ਆਸ ਮੁਰਾਦ ਪੂਰੀ ਕਰਨ, ਸਭਨਾਂ ਦੀ ਹਾਜ਼ਰੀ ਮਨਜ਼ੂਰ ਕਰਨ। ਜਕਾਰਾ ਸਿੱਧ ਸ਼੍ਰੀ ਬਾਬਾ ਵਰਕਣਾ ਜੀ ਦਾ ਬਹੁਤ ਸਾਡੇ ਦਰਬਾਰ ਔਰ ਰਲ ਮਿਲ ਕੇ ਹਰ ਐਤਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਬਾਬਾ ਜੀ ਨੇ ਦਿੱਤੇ ਹੋਏ ਪਾਠ ਸਿਮਰਨ ਕਰੀਏ। ਸੰਗਤਾਂ ਦੇ ਚਰਨਾਂ 'ਚ ਬੇਨਤੀ ਹੋਵੇ ਗੱਲਾਂ ਬਾਤਾਂ, ਪਲੀਜ਼ ਥੋੜ੍ਹਾ ਟਾਈਮ ਲਈ ਆਪਾਂ ਬੰਦ ਕਰ ਲੈਣੀਆਂ ਅਤੇ ਬਾਬਾ ਜੀ ਦੇ ਹਾਜ਼ਰੀਆਂ ਲਵਾਈਏ, ਉਹਨਾਂ ਦੇ ਸਿਮਰਨ ਕਰੀਏ, ਉਹਨਾਂ ਦੇ ਗੁਣਗਾਨ ਗਾਈਏ। ਜਕਾਰਾ ਪਾਉਣਾ ਹਰੀ ਬਾਬਾ ਜੀ ਦਾ ਹਰੀ ਓਮ ਸਿਧਾਏ ਨਮੋ, 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 ਹਰੀ ਓਮ ਸਿਧਾਏ।
ਸਦਾਏ ਨਮੋ ਹਰਿਓਂ 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 ਸਦਾਏ ਨਮੋ ਜਕਰ ਆਪਣ ਹਰਿ ਬਾਬਾ ਜੀ ਦਾ ਬੋਲ ਸੱਚੇ ਦਰਬਾਰ ਕੀ ਜਕਰ ਇਹ ਸੋਹਣੇ ਸੱਚੇ ਦਰਬਾਰ ਦਾ ਬੋਲ ਸੱਚੇ ਦਰਬਾਰ ਕੀ ਹੈ ਇੰਡੀਆ ਕੋਕਾਂ ਦਾ ਵੀ ਬਹੁਤ ਮੇਲੇ ਲੱਗਦੇ ਆ ਇੱਥੇ ਕੰਮਾਂ ਕਰ ਕਰਕੇ ਨਾ ਬੰਦੇ ਕੋਲ ਟਾਈਮ ਬਹੁਤ ਥੋੜ੍ਹਾ ਹੁੰਦਾ ਇੰਡੀਆ ਤਾਂ ਬਹੁਤ ਹੁਣ ਤੁਰੇ ਨਾ ਦਿਨਾਂ 'ਚ ਨਹੀਂ ਕਾਰਾਂ ਚੜ੍ਹਦੇ ਆ ਛੰਜਾ ਪੈਂਦੀਆਂ ਕੋਕਾਂ ਨਾਲ ਮਿਲਦੀਆਂ ਕਾਫੀ ਸੰਗਤ ਦੇ ਪਹੁੰਚ ਕਰਦੀਆਂ ਕਰਮਾਂ ਨੂੰ ਜਾਣਨ ਦੀ ਲੋੜ ਪੈ ਜਾਂਦੀ ਕਈ ਵਾਰੀ ਸਿੱਧਾ ਪਾਉਣੇ ਲਈ ਕੱਖੋਂ ਨੱਕ ਬਣਾ ਜਾਂਦੇ ਲਾਉਂਦੀ ਮੌਜ ਫਕੀਰਾਂ ਦੇ ਮੈਨੂੰ ਕਰਨ ਵੀ ਜਾਣ ਲੈਂਦੇ ਆ ਕਿ ਲਿਖੀਆਂ ਤਕਦੀਰਾਂ ਵੀ ਸਭ ਤੋਂ ਰਹਿਮਤ ਕਰਦੇ ਨੇ ਮੌਜਾ ਬਾਬਾ ਜੀ ਫਕੀਰਾਂ ਦੇ ਕਰ ਆਪਣਾ ਹਰੀ ਜਕਰ ਬਾਬਾ ਆਪਣਾ ਹਰੀ ਆਓ ਰਲ ਮਿਲ ਕੇ ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਗਣੇਸ਼ ਵੰਦਨਾ ਗਣੇਸ਼ ਮਹਾਰਾਜ ਜੀ ਦਾ ਸਤਿਕਾਰ ਸਾਰੇ ਸੰਤਾਂ ਨੇ ਹਾਜ਼ਰ ਹੋਣੀ ਜਕਰ ਗਣੇਸ਼ ਮਹਾਰਾਜ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਕਰ ਮਾਤਾ ਪਾਰਵਤੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਜਕਰ ਸ਼ਿਵ ਸ਼ੰਕਰ ਭੋਲੇਨਾਥ ਜੀ ਦਾ ਬਹੁਤ ਸੱਚੇ ਦਰਬਾਰ ਕੀ ਦੇਵੋ ਆ ਗਿਆ ਮਾਤਾ ਪਾਰਵਤੀ ਦੇਵੋ ਆ ਗਿਆ ਭੋਲੇਨਾਥ ਜੀ ਦੇਵੋ ਸ਼ਕਤੀ ਆਪਣੇ ਬੱਚਿਆਂ ਨੂੰ ਲੱਗੇ ਬੰਦਨਾ ਗਾਉਣ ਤੇਰੇ ਲਾਲ ਦੀ ਕਰੋ ਮੇਰ ਸਾਰੇ ਸੰਸਾਰ ਉੱਤੇ ਕਰੋ ਮਿਹਰ ਮਿਹਰ ਮਹਾਰਾਜ ਜੀ ਕਰੋ ਮਿਹਰ ਮਿਹਰ ਮਹਾਰਾਜ ਜੀ ਗਣੇਸ਼ ਮਹਾਰਾਜ ਜੀ ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ ਫੁੱਲਾਂ ਨਾਲ ਫਲ ਚੜੇ ਫੁੱਲਾਂ ਨਾਲ ਫਲ ਚੜੇ ਮਿਸ਼ਰੀ ਨਾਲ ਮੇਵਾ ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ ਤਾਜ ਸਾਜੇ ਹੀਰੇ ਮੋਤੀ ਜੜਿਆ ਸਿਰ ਤੇ ਤਾਜ ਸਾਜੇ ਹੀਰੇ ਮੋਤੀ ਜੜਿਆ ਸਿਰ ਤੇ ਤਾਜ ਸਾਜੇ ਹੀਰੇ ਮੋਤੀ ਜੜਿਆ ਸਿਰ ਤੇ ਤਾਜ ਸਾਜੇ ਬਖਰੀ ਹੈ ਲੀਲਾ ਆਪ ਮੂਸੇ ਪੇਬ ਰਾਜੇ ਬਖਰੀ ਹੈ ਲੀਲਾ ਆਪ ਮੂਸੇ ਪੇਬ ਰਾਜੇ ਗੌਰੀ ਮਹਾਦੇਵਾ ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ ਗਣੇਸ਼ ਜੈ ਜੈ ਗਣਪਤੀ ਦੇਵਾ ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ
ਪੂਜਣੇ ਦੇ ਵਰ ਨੇ, ਸਾਰਿਆਂ ਤੋਂ ਪਹਿਲਾਂ ਤੈਨੂੰ ਪੂਜਣੇ ਦੇ ਵਰ ਨੇ, ਸਾਰਿਆਂ ਹੀ ਮੰਦਰਾਂ ਚ ਬਣੇ ਤੇਰੇ ਘਰ ਨੇ, ਸਾਰਿਆਂ ਹੀ ਮੰਦਰਾਂ ਚ ਬਣੇ ਤੇਰੇ ਘਰ ਨੇ, ਕਰਦਾ ਜੋ ਸੇਵਾ ਤੂੰ ਲਾਉਂਦਾ ਏ ਮੇਵਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ, ਪੜਦਾ ਸਾਰੇ ਪੜਦਿਆਂ ਤੋਂ ਅੱਜ ਤੂੰ ਉਠਾ ਦੇਵੇ, ਪੜਦਾ ਸਾਰੇ ਪੜਦਿਆਂ ਤੋਂ ਅੱਜ ਤੂੰ ਉਠਾ ਦੇਵੇ, ਸਾਰਾ ਹੀ ਮੁਕਾ ਦੇਵੇ, ਜ਼ਿੰਦਗੀ ਦਾ ਰੋਣ ਧੋਣ ਸਾਰਾ ਹੀ ਮੁਕਾ ਦੇਵੇ, ਜ਼ਿੰਦਗੀ ਦਾ ਰੋਣ ਧੋਣ ਸਾਰਾ ਹੀ ਮੁਕਾ ਦੇਵੇ, ਜ਼ਿੰਦਗੀ ਦਾ ਰੋਣ ਧੋਣ ਸਾਰਾ ਹੀ ਮੁਕਾ ਦੇਵੇ, ਸੰਗਤਾਂ ਨਾ ਬੰਦਨਾ ਵੇ ਗਾਉਂਦਰ ਤੂੰ ਤੇਰਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ, ਭਰ ਕੇ ਲੈ ਆਏ ਨੇ ਲੱਡੂਆਂ ਦੇ ਥਾਲ, ਭਰ ਕੇ ਲੈ ਆਏ ਨੇ ਲੱਡੂਆਂ ਦੇ ਥਾਲ, ਭਰ ਕੇ ਲੈ ਆਏ ਨੇ, ਮੂਸਾਪੁਰ ਵਾਲੇ ਚੱਲ ਦਰ ਤੇਰੇ ਆਏ ਨੇ, ਮੂਸਾਪੁਰ ਵਾਲੇ ਚੱਲ ਦਰ ਤੇਰੇ ਆਏ ਨੇ, ਗਣਪਤੀ ਦੇਵਾ, ਫਲਾਂ ਨਾਲ ਫੁੱਲ ਚੜੇ, ਫਲਾਂ ਨਾਲ ਫੁੱਲ ਚੜੇ ਮਿਸ਼ਰੀ ਨਾਲ ਮੇਵਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ, ਜੈ ਜੈ ਗਣੇਸ਼ ਜੈ ਜੈ ਗਣਪਤੀ ਦੇਵਾ। ਜਕਾਰਾ ਗਣੇਸ਼ ਮਹਾਰਾਜ ਜੀ ਦਾ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਮਾਤਾ ਪਾਰਵਤੀ ਜੀ ਦਾ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਸ਼ਿਵ ਸ਼ੰਕਰ ਭੋਲੇ ਨਾਥ ਜੀ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਪਿੰਨ ਗਾਹੇ ਵਾਲਿਆਂ ਦਾ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਬਾਬੇ ਪੌਣਾ ਹਰੀ ਜੀ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਸੱਚੀਆਂ ਸਰਕਾਰਾਂ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਧੂਣੇ ਵਾਲੀ ਸਰਕਾਰ ਦਾ, ਬਹੁਤ ਸੱਚੇ ਦਰਬਾਰ ਕੀ, ਜਕਾਰਾ ਲੱਖਾਂ ਦੇ ਦਾਤੇ, ਬਹੁਤ ਸੱਚੇ ਦਰਬਾਰ ਕੀ ਜੈ, ਆਓ ਬਾਬਾ ਜੀ ਭੋਗ ਲਗਾਵੋ, ਬੇਲਾ ਭੋਗ ਲਾਉਣ ਦਾ ਹੋਇਆ ਏ, ਸ਼ਰਧਾ ਦੇ ਨਾਲ ਲੰਗਰ ਬਣਾਇਆ, ਜੀਤਾ ਚਰਨਾ ਵਿੱਚ ਖਲੋਇਆ ਏ, ਪੀਰ ਪੈਗੰਬਰ ਦੇਵੀ ਦੇਵਤੇ ਸਭ ਆਵਣ ਭੋਗ ਲਗਾਵਣ ਜੀ, ਮੂਸਾਪੁਰ ਵਿੱਚ ਸਿੱਧ ਜੋਗੀ ਤੇਰੇ ਸੱਦਿਓ ਸਾਰੇ ਆਵਣ ਜੀ, ਤੇਰੇ ਸੱਦਿਓ ਸਾਰੇ ਆਵਣ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ
ਭੋਗ ਲਾਓ ਬਾਬਾ ਜੀ। ਮੋਰ ਦੀ ਸਵਾਰੀ ਕਰ ਆਵੋ ਬਾਬਾ ਜੀ, ਮੋਰ ਦੀ ਸਵਾਰੀ ਕਰ ਆਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਓ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਓ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਓ ਬਾਬਾ ਜੀ। ਗੁਫਾ ਉੱਤੋਂ ਮੰਡਲੀ ਵੀ ਸਾਰੀ ਲੈ ਕੇ ਆਇਓ ਜੀ, ਸਾਰੀ ਲੈ ਕੇ ਆਇਓ ਜੀ, ਪੀਰਾਂ ਤੇ ਫਕੀਰਾਂ ਨੂੰ ਵੀ ਨਾਲ ਲੈ ਕੇ ਆਇਓ ਜੀ, ਨਾਲ ਲੈ ਕੇ ਆਇਓ ਜੀ, ਨਾਲ ਲੈ ਕੇ ਆਇਓ ਜੀ, ਨਾਲ ਲੈ ਕੇ ਆਇਓ ਜੀ। ਰੌਣਕਾਂ ਦੁਆਰੇ ਉੱਤੇ ਲਾਵੋ ਬਾਬਾ ਜੀ, ਰੌਣਕਾਂ ਦੁਆਰੇ ਉੱਤੇ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ। ਰੋਟ ਪ੍ਰਸ਼ਾਦ ਬੜੇ ਚਾਵਾਂ ਨਾ ਬਣਾਇਆ, ਚਾਵਾਂ ਨਾ ਬਣਾਇਆ, ਦਿਖਾਵੋ ਬਾਬਾ ਜੀ, ਆਇਆ ਕੇ ਅੱਜ ਦਰਸ਼ ਦਿਖਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਧੂਫ ਨਾਲ ਜੋਤ ਤੇਰੇ ਜੱਗੇ ਦਰਬਾਰਾਂ ਤੇ, ਜੱਗੇ ਦਰਬਾਰਾਂ ਤੇ, ਜੱਗੇ ਦਰਬਾਰਾਂ ਤੇ, ਜੱਗੇ ਦਰਬਾਰਾਂ ਤੇ। ਜੀਤਾ ਕਹਿੰਦਾ ਮੇਰ ਹੋਵੇ ਸਾਰੇ ਪਰਿਵਾਰਾਂ ਤੇ, ਸਾਰੇ ਪਰਿਵਾਰਾਂ ਤੇ, ਸਾਰੇ ਪਰਿਵਾਰਾਂ ਤੇ, ਸਾਰੇ ਪਰਿਵਾਰਾਂ ਤੇ। ਰਹਿੰਦੇ ਜਿਹੜੇ ਮੂਸਾਪੁਰ ਸਾਰੋ ਬਾਬਾ ਜੀ, ਰਹਿੰਦੇ ਜਿਹੜੇ ਮੂਸਾਪੁਰ ਸਾਰੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ ਆਵੋ ਆ ਕੇ ਭੋਗ ਲਾਵੋ ਬਾਬਾ ਜੀ। ਮੋਰ ਦੀ ਸਵਾਰੀ ਕਰ ਆਵੋ ਬਾਬਾ ਜੀ, ਮੋਰ ਦੀ ਸਵਾਰੀ ਕਰ ਆਵੋ ਬਾਬਾ ਜੀ, ਆਵੋ ਆ ਕੇ ਭੋਗ ਲਾਵੋ ਬਾਬਾ ਜੀ, ਆਵੋ 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 ਆਵੋ ਆ ਕੇ ਭੋਗ ਲਾਵੋ ਬਾਬਾ ਜੀ। ਜਕਾਰਾ ਸਿੱਧ ਸ਼੍ਰੀ ਬਾਬਾ ਬਾਲਕਨਾਥ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ, ਜਕਾਰਾ ਸੋਹਣੇ ਸੱਚੇ ਦਰਬਾਰ ਦਾ ਬਹੁਤ ਸੱਚੇ ਦਰਬਾਰ ਕੀ, ਜਕਾਰਾ ਸਾਰੇ ਦੇਵੀ ਦੇਵਤਿਆਂ ਦਾ ਬਹੁਤ ਸੱਚੇ ਦਰਬਾਰ ਕੀ, ਜਕਾਰਾ ਪੰਜਾਬੀਆਂ ਦਾ ਬਹੁਤ ਸੱਚੇ ਦਰਬਾਰ ਕੀ ਜੈ। ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ, ਵੈਸੇ ਤਾਂ ਬਾਬਾ ਜੀ ਦੱਸ ਗਏ ਆ ਸੰਗਤਾਂ ਨੂੰ ਵੀ ਸਮਿਆਂ ਨੂੰ ਦੇਖ ਕੇ, ਵਕਤਾਂ ਨੂੰ ਦੇਖ ਕੇ, ਟਾਈਮ ਨੂੰ ਦੇਖ ਕੇ ਦਰਬਾਰ ਦੇ ਵਿੱਚ ਕੁਝ ਦਿਨ ਸੁੱਧ ਮਨਾਏ ਜਾਂਦੇ ਆ। ਵੈਸੇ ਗੁੱਗਾ ਨੌਵੀਂ ਜਿਹੜਾ ਮੰਗਲਵਾਰ ਆਉਣਾ ਉਸ ਦਿਨ ਨੂੰ ਆ, ਜੋ ਬਾਬਾ ਜੀ ਦੀ ਮੌਜ ਆ ਵੀ ਸੰਗਤਾਂ ਕਈਆਂ ਦੇ ਕੋਲ ਮੰਗਲਵਾਰ ਨੂੰ ਵਕਤ ਨਹੀਂ ਹੈਗਾ, ਟਾਈਮ ਨਹੀਂ ਹੁੰਦਾ ਕੰਮਾਂ ਕਾਰਾਂ ਦੇ ਵਿੱਚ ਵੀ ਨਹੀਂ ਪਹੁੰਚ ਸਕਦੀਆਂ। ਜਿਹੜਾ ਗੁੱਗਾ ਨੌਵੀਂ ਦਾ ਪ੍ਰਸ਼ਾਦ, ਜਿਹੜਾ ਸੇਵੀਆਂ ਦਾ ਪ੍ਰਸ਼ਾਦ ਹੁੰਦਾ ਜਾਂ ਹੋਰ ਉਹਨਾਂ ਜੋਗੀਆਂ ਨੂੰ, ਉਹਨਾਂ ਫਕੀਰਾਂ ਨੂੰ ਹੋਰ ਚੀਜ਼ਾਂ ਦੇ ਜਿਹੜੇ ਭੋਗ ਲੱਗਣੇ ਹੁੰਦੇ ਆ, ਉਹ ਬਾਬਾ ਜੀ ਹੁਣੀ ਅੱਜ ਵੀ ਸਾਰੇ ਤਿਆਗ ਕੀਤੇ ਹੋਏ ਆ। ਅੱਜ ਵੀ ਉਹਨਾਂ ਦੇ ਭੋਗ ਉਹਨਾਂ ਨੂੰ, ਜੋਗੀਆਂ ਨੂੰ, ਉਹਨਾਂ ਫਕੀਰਾਂ ਨੂੰ
ਲੱਗ ਚੁੱਕੇ ਆ, ਆਪਾਂ ਲਵਾ ਚੁੱਕੇ ਹਾਂ ਸੰਗਤਾਂ। ਜਿੱਦਾਂ ਬਾਬੇ ਜੀ ਨੇ ਦੱਸਿਆ ਆ ਵੀ ਬੰਨੋਗਿਰੀ ਕਿਸੇ ਨੂੰ ਕੋਈ ਨਹੀਂ ਹੁੰਦੀ। ਕਈ ਲੋਕ ਆਪਣੇ ਪਹਿਲਾਂ ਜਿਹੜੇ ਬਜ਼ੁਰਗ ਹੁੰਦੇ ਸੀ, ਆਪਾਂ ਨੂੰ ਪਤਾ ਆ ਵੀ ਆਪਾਂ ਗੁੱਗਾ ਨੌਵੀਂ ਮਨਾਉਂਦੇ ਆਏ ਹਾਂ, ਕਈ ਇੱਥੇ ਦੇ ਬੱਚਿਆਂ ਨੂੰ ਜਿਹੜੇ ਇੱਥੇ ਦੇ ਜੰਮੇ ਹੋ ਆ, ਕਈਆਂ ਨੂੰ ਨਹੀਂ ਵੀ ਪਤਾ। ਇਸ ਕਰਕੇ ਗੁੱਗਾ ਨੌਵੀਂ ਦਾ ਜਿਹੜਾ ਸੇਵੀਆਂ ਦਾ ਪ੍ਰਸ਼ਾਦ ਹੁੰਦਾ, ਜਿਹੜਾ ਗੁੱਗੇ ਨੂੰ ਭੋਗ ਲੱਗਦਾ ਸੇਵੀਆਂ ਦਾ, ਉਹ ਆਪਾਂ ਦਰਬਾਰ ਦੇ ਵਿੱਚ ਅੱਜ ਵੀ ਬਣੀਆਂ ਹੋਈਆਂ, ਜੋ ਕੋਈ ਸੰਗਤਾਂ ਚਾਹੁਣ ਤਾਂ ਆਪਣੀ ਸੇਵਾ ਪਾ ਸਕਦੀਆਂ ਆ। ਉਹ ਪ੍ਰਸ਼ਾਦ ਜਿਹੜੇ ਬਣੇ ਹੋਏ ਆ, ਅਰਦਾਸ ਬੇਨਤੀ ਆਪਣੇ ਪਰਿਵਾਰਾਂ ਲਈ ਜਾਂ ਆਪਣੇ ਬਜ਼ੁਰਗ ਜਿਹੜੇ ਮਨਾਉਂਦੇ ਆਏ ਆ ਪਹਿਲਾਂ ਤੋਂ, ਵੀ ਸ਼ਾਇਦ ਆਪਾਂ ਉਹਨਾਂ ਤੋਂ ਪਿੱਛੇ ਹੋ ਗਏ ਹਾਂ, ਜਾਂ ਆਪਾਂ ਮਨਾਉਣੇ ਤੋਂ ਹਟ ਗਏ ਹਾਂ, ਜਾਂ ਦੇਸਾਂ ਪ੍ਰਦੇਸਾਂ ਦੇ ਮਾਮਲੇ ਆ ਵੀ ਆਪਾਂ ਨਹੀਂ ਵੀ ਕਰ ਸਕਦੇ ਘਰਾਂ ਦੇ ਵਿੱਚ, ਤਾਂ ਦਰਬਾਰ ਆਪਾਂ ਨੂੰ ਉਹ ਮੌਕਾ ਵੀ ਦਿੰਦਾ ਆ ਵੀ ਆਪਾਂ ਜੇ ਕੋਈ ਭੁੱਲ ਵੀ ਹੋਈ ਆ ਆਪਾਂ ਉਹ ਵੀ ਬਖਸ਼ਾ ਸਕਦੇ ਹਾਂ। ਜਾਂ ਕਿਸੇ ਦੀ ਸੋਚ ਹੁੰਦੀ ਆ ਵੀ ਅਸੀਂ ਗੁੱਗਾ ਨੌਵੀਂ ਆਉਂਦੀ ਆ ਤਾਂ ਗੁੱਗੇ ਦੀਆਂ ਸੇਵੀਆਂ ਦੇਵਾਂਗੇ, ਗੁੱਗੇ ਦਾ ਪ੍ਰਸ਼ਾਦ ਗੁੱਗਾ ਨੌਵੀਂ ਦੇ ਨਾਂ 'ਤੇ ਚੜ੍ਹਾਵਾਂਗੇ। ਸੋ ਅੱਜ ਵੀ ਉਹ ਪ੍ਰਸ਼ਾਦ ਬਣਿਆ ਹੋਇਆ ਆ, ਜੇ ਕੋਈ ਸੰਗਤਾਂ ਚਾਹੁਣ ਉਹ ਪ੍ਰਸ਼ਾਦ ਦੇ ਵਿੱਚ ਆਪਣੀ ਸੇਵਾ ਪਾ ਸਕਦੀਆਂ ਆ, ਆਪਣੇ ਲਈ ਅਰਦਾਸ ਬੇਨਤੀ ਕਰ ਸਕਦੇ ਹਾਂ, ਆਪਾਂ ਪਰਿਵਾਰਾਂ ਲਈ ਅਰਦਾਸ ਬੇਨਤੀ ਕਰ ਸਕਦੇ ਹਾਂ ਵੀ ਬਾਬਾ ਜੀ ਉਹ ਪੀਰ ਫਕੀਰ ਉਹ ਜੋਗੀ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਆਪਣੇ ਅੰਗ ਸੰਗ ਰਹਿਣ, ਜੇ ਕੋਈ ਭੁੱਲਾਂ ਚੁੱਕਾ ਹੋ ਗਈਆਂ ਉਹਨਾਂ ਨੂੰ ਵੀ ਮਾਫ਼ ਕਰਨ, ਜੇ ਕੋਈ ਪਿਛਲੇ ਸਮਿਆਂ 'ਚ ਵੀ ਭੁੱਲ ਚੁੱਕ ਹੋ ਗਈ ਹੋਵੇ, ਜਾਂ ਪਿੱਛੇ ਆਪਾਂ ਸੇਵਾ ਤੋਂ ਰਹਿ ਗਏ ਹੋਵਾਂਗੇ, ਜਾਂ ਪ੍ਰਸ਼ਾਦ ਦੇਣ ਤੋਂ ਰਹਿ ਗਏ ਹੋਵਾਂਗੇ, ਤਾਂ ਉਹ ਵੀ ਬਾਬਾ ਜੀ ਮਨਜ਼ੂਰ ਕਰਨ, ਉਹ ਵੀ ਪੀਰ ਫਕੀਰ ਮਨਜ਼ੂਰ ਕਰਨ। ਗੁੱਗਾ ਨੌਵੀਂ ਸਾਲ ਦੇ ਵਿੱਚ ਇੱਕੋ ਵਾਰੀ ਆਉਂਦੀ ਆ, ਦਰਬਾਰ ਦੇ ਵਿੱਚ ਆਪਾਂ ਅੱਜ ਵੀ ਪ੍ਰਸ਼ਾਦ ਬਣੇ ਹੋਏ ਆ ਅਤੇ ਮੰਗਲਵਾਰ ਨੂੰ ਸੰਗਤਾਂ ਦੇ ਲਈ ਫਿਰ ਉਹ ਪ੍ਰਸ਼ਾਦ ਬਣਾਇਆ ਜਾਣਾ। ਜੇ ਕਿਸੇ ਨੇ ਆਪਣਾ ਅਲੱਗ ਤੋਂ ਇਕੱਲਿਆਂ ਨੇ ਵੀ ਚੜ੍ਹਾਉਣਾ ਹੋਵੇ ਸੇਵੇਂ ਦਾ ਪ੍ਰਸ਼ਾਦ, ਉਹ ਵੀ ਆਪਣਾ ਨਾਂ ਲਿਖਵਾ ਸਕਦੇ ਆ। ਜਾਂ ਜਿੱਦਾਂ ਵੀ ਦਰਬਾਰ ਦੇ ਵਿੱਚ ਜਿੱਦਾਂ ਅੱਜ ਬਣਿਆ ਇੱਕ ਜਗ੍ਹਾ 'ਤੇ, ਜੇ ਉੱਦਾਂ ਬਣੇ ਉਹਦੇ ਵਿੱਚ ਵੀ ਸੇਵਾ ਪਾਉਣੀ ਹੋਵੇ ਉਹ ਵੀ ਸੰਗਤਾਂ ਪਾ ਸਕਦੀਆਂ ਆ। ਸੋ ਜਿੱਦਾਂ ਵੀ ਸੰਗਤਾਂ ਨੂੰ ਚੰਗਾ ਲੱਗਦਾ ਹੋਵੇ ਸੰਗਤਾਂ ਉਸ ਹਿਸਾਬ ਨਾਲ ਜਿੱਦਾਂ ਬਾਬਾ ਜੀ ਹੁਣੀ ਦੱਸਿਆ ਹੀ ਆ, ਸੰਗਤਾਂ ਉੱਦਾਂ ਕਰ ਸਕਦੀਆਂ। ਬੱਜੂਗਿਰੀ ਕਿਸੇ ਨੂੰ ਕੋਈ ਨਹੀਂ, ਜੋ 300 ਹੈਗੇ ਆ ਬਾਬਾ ਜੀ ਹੁਣੀ ਪਹਿਲਾਂ ਦੱਸ ਦਿੰਦੇ ਆ, ਉਹ ਦਰਬਾਰ ਦੇ ਵਿੱਚ ਆਪਾਂ ਨੂੰ ਮਨਾਉਣੇ ਪੈਣੇ ਆ। ਬਾਬਾ ਜੀ ਉਹਨਾਂ ਨੂੰ ਉਹ ਜਿਹੜੇ 300 ਦੇ ਆ ਉਹ ਮਨਾਉਣੇ ਪੈਣੇ ਆ, ਜਿਹੜੇ ਪ੍ਰਸ਼ਾਦ ਆ ਉਹ ਬਣਾਉਣੇ ਪੈਣੇ ਆ। ਆਪਣੀ ਸੰਗਤਾਂ ਦੀ ਮਰਜ਼ੀ ਆ, ਚਾਹੇ ਆਪਾਂ ਉਹਨਾਂ 'ਚ ਸੇਵਾ ਪਾਉਣੀ ਆ ਜਾਂ ਨਹੀਂ ਵੀ ਪਾਉਣੀ, ਇਹ ਆਪਦੀ ਸੰਗਤਾਂ ਦੀ ਮਰਜ਼ੀ ਆ, ਪਰ ਦਰਬਾਰ ਵੱਲੋਂ ਉਹ ਪ੍ਰਸ਼ਾਦ ਬਣਨੇ ਬਣਨੇ ਆ। ਦਰਬਾਰ ਵੱਲੋਂ ਉਹ ਪ੍ਰਸ਼ਾਦ ਹਰ ਸਾਲ ਹੀ ਬਣਦੇ ਆਏ ਆ, ਗਾਹਾਂ ਵੀ ਬਣਨੇ ਆ। ਸੋ ਬਾਬਾ ਜੀ ਨੂੰ ਅਰਦਾਸ ਬੇਨਤੀ ਕਰਕੇ ਆਪਾਂ ਜਿਹੜਾ ਉਹ ਪ੍ਰਸ਼ਾਦ ਆ ਜਿਹੜਾ ਅੱਜ ਦਾ ਦਿਨ ਆ, ਇਹਦੇ ਲਈ ਵੀ ਅਰਦਾਸ ਬੇਨਤੀ ਕਰ ਸਕਦੇ ਹਾਂ ਅਤੇ ਮੰਗਲਵਾਰ ਨੂੰ ਵੀ ਸਾਰਿਆਂ ਨੇ ਪੁੰਚ ਦੀ ਕਿਰਪਾਲਤਾ ਕਰਨੀ, ਬਾਬਾ ਜੀ ਤੋਂ ਪੀਰਾਂ ਫਕੀਰਾਂ ਤੋਂ ਖੁਸ਼ੀਆਂ ਨੂੰ ਪਾਉਣਾ। ਜੋ ਵੀ ਜੇ ਕੋਈ ਅੱਜ ਨਹੀਂ ਵੀ ਆ ਸਕਿਆ, ਜੇ ਆਪਾਂ ਉਹਨਾਂ ਨੂੰ ਵੀ ਸੁਨੇਹਾ ਭੇਜ ਸਕਦੇ ਹਾਂ ਅਤੇ ਉਹਨਾਂ ਨੂੰ ਵੀ ਦੱਸ ਦੇਣਾ ਵੀ ਆਪਾਂ ਮੰਗਲਵਾਰ ਨੂੰ ਵੀ ਜਿਹੜੀ ਗੁੱਗਾ ਨੌਵੀਂ ਦਰਬਾਰ ਦੇ ਵਿੱਚ ਮਨਾ ਰਹੇ ਹਾਂ। ਸੋ ਸੰਗਤਾਂ ਉਸ ਦਿਨ ਨੂੰ ਵੀ ਪਹੁੰਚ ਜਾਣ, ਜਿਹੜੀਆਂ ਨਹੀਂ ਵੀ ਪਹੁੰਚ ਸਕੀਆਂ ਅੱਜ ਉਸ ਦਿਨ ਨੂੰ ਆ ਜਾਣ, ਜੋ ਵੀ ਆ ਅੱਜ ਵੀ ਜਿਹੜੀਆਂ ਸੰਗਤਾਂ ਆਈਆਂ ਇਹ ਵੀ ਮੰਗਲਵਾਰ ਨੂੰ ਪਹੁੰਚਣ ਅਤੇ ਬਾਬਾ ਜੀ ਨੂੰ ਅਰਦਾਸ ਬੇਨਤੀ ਨਾਲ ਮਿਲ ਕੇ ਕਰਾਂਗੇ ਵੀ ਬਾਬਾ ਜੀ ਭਗਤਾਂ ਨੂੰ ਥੰਮਣ, ਜੋ ਵੀ ਜਿੱਦਾਂ ਦੀ ਵੀ ਕੋਈ ਆਸ ਮੁਰਾਦ ਲੈ ਕੇ ਆਉਂਦਾ ਬਾਬਾ ਜੀ ਸਭਨਾਂ ਦੀ ਆਸ ਮੁਰਾਦ ਪੂਰੀ ਕਰਨ।
ਜਕਾਰ ਪੁਨਾ ਹਰਿ ਬਾਬਾ ਜੀ ਬਹੁਤ ਸੱਚੇ ਦਰਬਾਰ ਕੀ ਜੈ ਜਕਾਰਾ ਗੋਗਾ ਯਾਰ ਪੀਰ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੰਗਤਾਂ ਦੇ ਚਰਨਾਂ 'ਚ ਇੱਕ ਹੋਰ ਬੇਨਤੀ ਆ ਵੀ ਕਈਆਂ ਨੂੰ ਸ਼ਾਇਦ ਆਪਾਂ ਨੂੰ ਨਹੀਂ ਪਤਾ ਵੀ ਬਾਬਾ ਜੀ ਹੁਣੀ ਇੱਕ ਹੋਰ ਪਹਿਲਾਂ ਵੀ ਦੱਸਿਆ ਵੀ ਗਰੀਬਾਂ ਨੂੰ ਬਾਬਾ ਜੀ ਹਮੇਸ਼ਾ ਗਰੀਬਾਂ ਦੇ ਉੱਤੇ ਮਿਹਰਬਾਨ ਰਹਿੰਦੇ ਆ ਦੁਖੀਆਂ ਦੇ ਉੱਤੇ ਮਿਹਰਬਾਨ ਹੁੰਦੇ ਆ ਬਾਬਾ ਜੀ ਹੁਣੀ ਆਪਣੇ ਪਿੰਡ ਮੂਸਾਪੁਰ ਸੋਚ ਤਾਂ ਬਾਬਾ ਜੀ ਉਹਨਾਂ ਦੀ ਇਹ ਆ ਵੀ ਆਪਾਂ ਮਾਰਚ ਦੇ ਵਿੱਚ ਜਦੋਂ ਜਾਣਾ ਉਦੋਂ ਗਰੀਬਾਂ ਦੇ ਲਈ ਬੇਸਹਾਰੇ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਹੋਵੇ ਜਿਨ੍ਹਾਂ ਨੂੰ ਅੱਖਾਂ ਤੋਂ ਪ੍ਰੋਬਲਮ ਹੋਵੇ ਅੱਖਾਂ ਤੋਂ ਜਿਹਨਾਂ ਨੂੰ ਸਰਜਰੀ ਦੀ ਲੋੜ ਹੋਵੇ ਓਪਰੇਸ਼ਨ ਦੀ ਲੋੜ ਹੋਵੇ ਬਾਬਾ ਜੀ ਹੁਣੀ ਉਹ ਸੰਗਤਾਂ ਦੇ ਲਈ ਮੁਫਤ ਕੈਂਪ ਲਾਉਣਾ ਉਹ ਕੈਂਪ ਆ ਜਿਹੜੀਆਂ ਆਪਾਂ ਸੰਗਤਾਂ ਇੱਥੇ ਦਰਬਾਰ ਦੇ ਵਿੱਚ ਆਉਂਦੀਆਂ ਬਾਬਾ ਜੀ ਹੁਣੀ ਉਹ ਸੰਗਤਾਂ ਵੱਲੋਂ ਇਸ ਦਰਬਾਰ ਵੱਲੋਂ ਉਹ ਕੈਂਪ ਪਿੰਡ ਮੂਸਾਪੁਰ ਬਾਬਾ ਜੀ ਉਹਨਾਂ ਦਾ ਜਿਹੜਾ ਜਨਮ ਸਥਾਨ ਆ ਜਿਹੜਾ ਉਹਨਾਂ ਦਾ ਪਿੰਡ ਆ ਉੱਥੇ ਬਾਬਾ ਜੀ ਹੁਣੀ ਕੈਂਪ ਲਾਉਣਾ ਆ ਜਦੋਂ ਮਾਰਚ ਦੇ ਵਿੱਚ ਚੇਤ ਮਹੀਨੇ ਦੇ ਟਾਈਮ 'ਤੇ ਬਾਬਾ ਜੀ ਇੰਡੀਆ ਜਾਂਦੇ ਆ ਉਦੋਂ ਬਾਬਾ ਜੀ ਕਹਿੰਦੇ ਵੀ ਆਪਾਂ ਉਹ ਕੈਂਪ ਲਾਉਣਾ ਆ ਜੇ ਕੋਈ ਆਪਣਾ ਪਰਿਵਾਰਾਂ ਦੇ ਵਿੱਚੋਂ ਕਈ ਵਾਰੀ ਹੁੰਦਾ ਆ ਕੋਈ ਕਿਤੇ ਨਹੀਂ ਸੁਣੀ ਜਾਂਦੀ ਜਾਂ ਕਿਤੇ ਕਈ ਵਾਰੀ ਆਪਾਂ ਨੂੰ ਟਾਈਮ ਨਹੀਂ ਮਿਲਦੇ ਗਾਹਾਂ ਦੀ ਗਾਹਾਂ ਟਾਈਮ ਪੈਂਦੇ ਰਹਿੰਦੇ ਆ ਵੈਸੇ ਬਾਬਾ ਜੀ ਹੁਣੀ ਇਹ ਕਿਹਾ ਸੀ ਵੀ ਕਿਸੇ ਦੀ ਸਿਫਾਰਿਸ਼ ਜਾਂ ਕਿਸੇ ਦੀ ਕੋਈ ਇੱਦਾਂ ਦੀ ਨਹੀਂ ਚੱਲਣੀ ਜਿੱਦਾਂ ਵੀ ਜਿਹਦਾ ਵੀ ਨੰਬਰ ਹੋਇਆ ਜਿਹਦਾ ਵੀ ਨਾਮ ਹੋਇਆ ਜਿੰਨੇ ਵੀ ਬਾਬਾ ਜੀ ਵੱਧ ਤੋਂ ਵੱਧ ਕਹਿੰਦੇ ਆਪਾਂ ਕਰ ਸਕਦੇ ਹੋਏ ਉਹਨੇ ਓਪਰੇਸ਼ਨ ਉਦੋਂ ਜਦੋਂ ਬਾਬਾ ਜੀ ਨੇ ਜਾਣਾ ਆ ਉਦੋਂ ਉਹਨਾਂ ਦੇ ਘਰ ਦੇ ਵਿੱਚ ਕੈਂਪ ਲੱਗਣਾ ਬਾਬਾ ਜੀ ਉਹਨਾਂ ਦੇ ਬਾਬਾ ਜੀ ਦਾ ਦਰਬਾਰ ਵੀ ਆ ਉੱਥੇ ਬਣਿਆ ਹੋਇਆ ਉੱਥੇ ਕੈਂਪ ਲੱਗਣੇ ਆ ਸੋ ਆਪਾਂ ਜੇ ਕਿਸੇ ਨੇ ਨਹੀਂ ਵੀ ਸੇਵਾ ਪਾਈ ਤਾਂ ਜਿੰਨਾ ਚਿਰ ਬਾਬਾ ਜੀ ਹੁਣੀ ਇੰਡੀਆ ਨੂੰ ਨਹੀਂ ਜਾਂਦੇ ਆਪਾਂ ਸੇਵਾ ਉਹ ਉਨ੍ਹਾਂ ਚਿਰ ਚੱਲੀ ਜਾਣੀ ਆ ਬਾਬਾ ਜੀ ਦਾ ਹਰੇਕ ਸਾਲ ਹੀ ਕਰਨ ਲਈ ਸੋਚਦੇ ਆ ਬਾਕੀ ਜਿੱਦਾਂ ਵੀ ਜੋ ਵੀ ਸੰਗਤਾਂ ਨੂੰ ਚੰਗਾ ਲੱਗਦਾ ਹੋਵੇ ਸੰਗਤਾਂ ਉਹ ਸੇਵਾ ਦੇ ਵਿੱਚ ਹਿੱਸਾ ਪਾ ਸਕਦੀਆਂ ਆ ਅੱਜ ਪਾ ਸਕਦੀਆਂ ਅਜੇ ਕਾਫੀ ਟਾਈਮ ਆ ਆਪਾਂ ਘਰ ਵੀ ਜੋੜ ਕੇ ਰੱਖ ਸਕਦੇ ਹਾਂ ਜਦੋਂ ਬਾਬਾ ਜੀ ਹੁਣੀ ਜਾਣਾ ਹੋਵੇ ਜਾਂ ਉਦੋਂ ਵੀ ਆਪਾਂ ਬਾਬਾ ਜੀ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਅੱਖਾਂ ਦੇ ਓਪਰੇਸ਼ਨ ਦੇ ਵਾਸਤੇ ਸੇਵਾ ਆ ਕਰਕੇ ਇਹ ਸੇਵਾ ਆ ਜਿਹੜੀ ਆਪਾਂ ਨੂੰ ਪਤਾ ਹੀ ਆ ਵੀ ਆਪਣੇ ਮੁਲਕਾਂ ਦੇ ਵਿੱਚ ਇੱਥੇ ਵਰਗੇ ਸਹੂਲਤਾਂ ਨਹੀਂ ਹੈਗੀਆਂ ਗਰੀਬਾਂ ਦੇ ਕੋਲ ਕਈਆਂ ਦੇ ਕੋਲ ਪੈਸਾ ਹੀ ਹੈ ਨਹੀਂ ਵੀ ਆਪਣੀ ਉਹ ਕਿਸੇ ਬਿਮਾਰੀ ਦਾ ਇਲਾਜ ਕਰਾ ਸਕਣ ਜਾਂ ਅੱਖਾਂ ਦਾ ਇਲਾਜ ਕਰਾ ਸਕਣ ਇਸ ਕਰਕੇ ਬਾਬਾ ਜੀ ਹੁਣੀ ਇਹ ਫੈਸਲਾ ਕੀਤਾ ਵੀ ਆਪਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਦਰਬਾਰ ਦੇ ਸਹਿਯੋਗ ਦੇ ਨਾਲ ਬਾਬਾ ਜੀ ਹੁਣੀ ਆਪਣੇ ਪਿੰਡ ਕੈਂਪ ਲਾਇਆ ਕਰਨਾ ਆ ਅੱਖਾਂ ਦਾ ਮੁਫਤ ਓਪਰੇਸ਼ਨ ਕੈਂਪ ਜਿਹੜਾ ਹੋਇਆ ਕਰੂਗਾ ਜਿੰਨਾ ਵੀ ਜੋ ਵੀ ਬਾਬਾ ਜੀ ਕਹਿੰਦੇ ਵੀ ਆਪਾਂ ਵੱਧ ਤੋਂ ਵੱਧ ਉਹਦੇ ਵਿੱਚ ਹਿੱਸਾ ਪਾਵਾਂਗੇ ਜਿੱਦਾਂ ਵੀ ਹੋਇਆ ਬਾਬਾ ਜੀ ਹੁਣੀ ਜਿਹੜੀ ਗੱਲ ਆਪਾਂ ਨੂੰ ਪਤਾ ਹੀ ਆ ਵੀ ਜਿਹੜੀ ਕਹਿੰਦੇ ਆ ਉਹ ਹੁੰਦੀ ਤਾਂ ਹੈਗੀ ਆ ਠੀਕ ਆ ਥੋੜ੍ਹਾ ਬਹੁਤਾ ਸਮਾਂ ਇੱਧਰ ਉੱਧਰ ਹੋ ਜਾਂਦਾ ਆ ਜਿੱਦਾਂ ਵੀ ਉਹਨੇ ਦੱਸਿਆ ਆ ਉਹ ਕੈਂਪ ਲੱਗਣਗੇ ਸੋ ਸੰਗਤਾਂ ਜੋ ਵੀ ਆ ਆਪਾਂ ਦਰਬਾਰ ਦੇ ਵਿੱਚ ਜੁੜਦੀਆਂ ਆਪਾਂ ਇੱਕ ਦੂਜੇ ਨੂੰ ਸੁਨੇਹਾ ਆਪਣੇ ਪਰਿਵਾਰਾਂ ਨੂੰ ਸੁਨੇਹਾ ਦੇ ਸਕਦੇ ਹਾਂ ਵੀ ਉੱਥੇ ਬਾਬਾ ਜੀ ਦੇ ਦਰਬਾਰ 'ਤੇ ਪਹੁੰਚ ਸਕਦੇ ਹਾਂ ਦੇਖ ਸਕਦੇ ਹਾਂ ਜਾਂ ਸੇਵਾ ਕਰ ਸਕਦੇ ਹਾਂ ਉੱਥੇ ਲੋੜਵੰਦਾਂ ਦੀ ਜਿਸ ਵੀ ਤਰ੍ਹਾਂ ਹੋਵੇ ਜੇ ਉੱਥੇ ਰਹਿਣ ਵਾਲੇ ਵੀ ਕੋਈ ਸੇਵਾ 'ਚ ਹਿੱਸਾ ਪਾਉਣਾ ਚਾਹੁੰਦੇ ਹੋਣ ਉਹ ਵੀ ਪਾ ਸਕਦੇ ਆ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਜੇ ਕੋਈ ਇਸ ਸੇਵਾ ਤੋਂ ਵੀ ਰਹਿੰਦਾ ਆ ਉਹ ਵੀ ਸੇਵਾ ਪਾ ਸਕਦੇ ਆ ਜਿੰਨ ਚਿਰ ਮਾਰਚ ਤੱਕ ਇਹ ਸੇਵਾ ਇੱਥੇ ਚੱਲੀ ਜਾਣੀ ਆ ਦੁਬਾਰਾ ਫਿਰ ਨਵੇਂ ਸਿਰਿਆਂ ਸ਼ੁਰੂ ਹੋਊਗੀ ਜਦੋਂ ਓਪਰੇਸ਼ਨ ਹੋ ਗਿਆ ਦੁਬਾਰਾ ਇੱਕ ਕੈਂਪ ਲੱਗ ਹਟਿਆ ਫਿਰ ਦੂਜੇ ਕੈਂਪ ਲਈ ਸੋ ਸੰਗਤਾਂ
ਆਪਣੀ ਨੇਕ ਕਮਾਈ ਦੇ ਵਿੱਚੋਂ ਉੱਧਰ ਵੀ ਹਿੱਸਾ ਪਾਉਣ ਅਤੇ ਬਾਬਾ ਜੀ ਤੋਂ ਖੁਸ਼ੀਆਂ ਨੂੰ ਪਾਉਣ, ਜਕਾਰਾ ਪਾਉਣ ਹਰੀ ਬਾਬਾ ਜੀ ਦਾ, ਜਕਾਰਾ ਸੱਚੀਆਂ ਸਰਕਾਰਾਂ ਦਾ, ਜਕਾਰਾ ਇਸ ਸੋਹਣੇ ਸੱਚੇ ਦਰਬਾਰ, ਜਕਾਰਾ ਬਾਬੇ ਪਾਉਣ ਹਰੀ ਜੀ ਦਾ। ਦਰਬਾਰ ਕੀ ਜੈ, ਦਰਬਾਰ ਐਸਾ ਦਰਬਾਰ ਆ ਵੀ ਜੇ ਇੱਕ ਦੀ ਗੱਲ ਨਹੀਂ, ਜੋ ਵੀ ਆਪਾਂ ਬਾਬੇ ਜੀ ਨੂੰ ਮੰਨਣ ਵਾਲਾ ਉਹਨਾਂ ਸਾਰਿਆਂ ਦੀ ਗੱਲ ਆ ਵੀ ਜੇ ਦਰਬਾਰ ਨਾ ਹੁੰਦਾ ਤਾਂ ਸ਼ਾਇਦ ਪਤਾ ਨਹੀਂ ਆਪਾਂ ਨੂੰ ਕਿੰਨਾ ਕੁ ਟਾਈਮ ਹੋਰ ਦੁੱਖ ਝੱਲਣੇ ਪੈਣੇ ਸੀ। ਹੁਣ ਕੋਈ ਮਾੜਾ ਜਿਹਾ ਆਪਾਂ ਨੂੰ ਦੁੱਖ ਆਉਂਦਾ ਆਪਾਂ ਉਸੇ ਵੇਲੇ ਹੀ ਐਨ ਉੱਪਰ 'ਤੇ ਪਹੁੰਚਾ ਦਿੰਦੇ ਹਾਂ, ਬਾਬਾ ਜੀ ਉਸੇ ਵੇਲੇ ਉਹਨਾਂ ਦੇ ਕੋਈ ਨਾ ਕੋਈ ਹੱਲ ਕੱਢੇ ਹੀ ਦਿੰਦੇ ਆ ਵੀ ਦੁੱਖਾਂ ਤੋਂ ਛੁਟਕਾਰਾ ਆਪਾਂ ਨੂੰ ਮਿਲ ਜਾਂਦਾ ਆ। ਜੇ ਕਈ ਵਾਰੀ ਸੋਚਦੇ ਹੁੰਦੇ ਹਾਂ ਜੇ ਦਰਬਾਰ ਨਾ ਬਣਿਆ ਹੁੰਦਾ ਤਾਂ ਕਿੱਥੇ ਜਾਂਦੇ, ਬਹੁਤ ਪਰਿਵਾਰਾਂ ਦੀ ਇਹ ਸੋਚ ਆਸਾਂ ਲੈ ਕੇ ਆਉਂਦੇ ਆ, ਬਾਬਾ ਜੀ ਆਸਾਂ ਪੂਰੀਆਂ ਵੀ ਹੁੰਦੀਆਂ ਆ, ਹਰਕ ਦੀਆਂ ਹੁੰਦੀਆਂ, ਟਾਈਮ ਇੱਧਰ ਉੱਧਰ ਹੋ ਜਾਂਦੇ ਆ, ਪਰ ਬਾਬਾ ਜੀ ਹਰਕ ਦੀ ਆਸ ਮੁਰਾਦ ਪੂਰੀ ਕਰਦੇ ਆਏ ਆ, ਗਾਹਾਂ ਵੀ ਇੱਥੇ ਹੋਣਗੀਆਂ। ਬਸ ਜਿਹੜੇ ਵਕਤ ਆ ਉਹ ਆਪਣੇ ਕੋਲ ਹੈ ਨਹੀਂ, ਜਦੋਂ ਲੋੜ ਆ ਆਪਾਂ ਉਸ ਉਦੋਂ ਤਾਂ ਸਭ ਤੋਂ ਪਹਿਲਾਂ ਹੀ ਆ ਜਾਂਦੇ ਹਾਂ, ਜਿੱਦਣ ਕਿਤੇ ਆਪਣੇ ਘਾਟੇ ਵਾਧੇ ਪੂਰੇ ਹੋ ਜਾਂਦੇ ਆ ਫਿਰ ਕਹਿੰਦੇ ਹਾਂ ਕੋਈ ਗੱਲ ਨਹੀਂ ਹਜੇ ਆਰਤੀ 'ਚ ਟਾਈਮ ਹੈਗਾ ਬਾਅਦ 'ਚ ਚੱਲ ਜਾਂਦੇ ਹਾਂ, ਇੱਦਾਂ ਨਹੀਂ ਹੋਣੀ ਚਾਹੀਦੀ। ਬਾਬਾ ਜੀ ਦੇ ਦਰਬਾਰ 'ਤੇ ਜਦੋਂ ਸੰਗਤਾਂ ਦੇ ਵਿੱਚ ਜੁੜ ਗਏ ਤਾਂ ਬਾਬਾ ਜੀ ਦਾ ਨਾਮ ਤਨ ਮਨ ਤੋਂ ਜਪਣਾ ਚਾਹੀਦਾ ਆ। ਇਸ ਦਰਬਾਰ ਦੀ ਗੱਲ, ਬਾਬਾ ਜੀ ਦੀ ਗੱਲ, ਉਹਨਾਂ ਫਕੀਰਾਂ ਦੀ ਗੱਲ, ਜਕਾਰਾ ਪਾਉਣਾ ਹਰੀ ਬਾਬਾ ਜੀ ਦਾ, ਜਕਾਰਾ ਫਕਰਾ ਫਕੀਰਾਂ ਦਾ। ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਨਾ ਘਰ ਹੀ ਹੁੰਦਾ ਨਾ ਦਰ ਹੀ ਹੁੰਦਾ ਨਾ ਜਿੰਦੇ ਕੁੰਡੇ, ਜੇ ਤੂੰ ਨਾ ਹੁੰਦਾ ਵੀ ਅਸੀਂ ਕਿੱਥੇ ਹੁੰਦੇ, ਜੇ ਤੂੰ ਨਾ ਹੁੰਦਾ। ਜਕਾਰਾ ਬਾਬੇ ਪਾਉਣਾ ਹਰੀ ਜੀ ਦਾ, ਸੱਚੇ ਦਰਬਾਰ ਕੀ ਜੈ। ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਨਾ ਘਰ ਹੀ ਹੁੰਦਾ ਨਾ ਦਰ ਹੀ ਹੁੰਦਾ ਨਾ ਜਿੰਦੇ ਕੁੰਡੇ, ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ, ਤੇਰੇ ਕਰਕੇ ਪਹਿਚਾਣ ਬਣੀ ਏ, ਤੇਰੇ ਕਰਕੇ ਨਾਮ ਹੈ ਬਣਿਆ, ਤੇਰੇ ਕਰਕੇ ਨਾਮ ਹੈ ਬਣਿਆ, ਤੇਰੇ ਕਰਕੇ ਨਾਮ ਹੈ ਬਣਿਆ, ਤੇਰੇ ਕਰਕੇ ਵਿੱਚ ਸੁੱਖਾਂ ਦੇ ਰਲਿਆ ਮਿਲਿਆ ਪਰਿਵਾਰ ਹੈ ਬਣਿਆ, ਰਲਿਆ ਮਿਲਿਆ ਪਰਿਵਾਰ ਬਣਿਆ, ਤੇਰੀ ਮਿਹਰ ਜੇ ਹੋਵੇ ਤਾਂ ਵੱਟ ਦਿੰਦੇ
ਸਿੰਦਿਆ ਤਿੱਖੇ ਖੁੰਡੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਜੇ ਤੂੰ ਨਾ ਬਦਲਦਾ ਲਿਖੀਆਂ ਨੂੰ ਤਾਂ ਖੁਸ਼ੀਆਂ ਥੋੜੀਆਂ ਹੋਣੀਆਂ ਸੀ ਤਾਂ ਖੁਸ਼ੀਆਂ ਥੋੜੀਆਂ ਹੋਣੀਆਂ ਸੀ ਤਾਂ ਖੁਸ਼ੀਆਂ ਥੋੜੀਆਂ ਹੋਣੀਆਂ ਸੀ ਜੇ ਤੂੰ ਨਾ ਸੁਣਦਾ ਅਸੀਂ ਕੀ ਕਰਦੇ ਲਿਖੀਆਂ ਕਿੱਥੇ ਸੁਣਾਉਣੀਆਂ ਸੀ ਲਿਖੀਆਂ ਕਿੱਥੇ ਸੁਣਾਉਣੀਆਂ ਸੀ ਲਿਖੀਆਂ ਕਿੱਥੇ ਸੁਣਾਉਣੀਆਂ ਸੀ ਅਸੀਂ ਇੱਥੇ ਨਾ ਅੱਜ ਬੈਠ ਕੇ ਗਾਉਂਦੇ ਜੇ ਹੁੰਦੇ ਖੁੰਜੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਤੇਰੇ ਕਰਕੇ ਐਦਾ ਤਾਜੀ ਦੂਰ ਬੜੀ ਹਾਂ ਫਿਕਰਾਂ ਤੋਂ ਦੂਰ ਤੇਰੇ ਦੀਆਂ ਝਲਕਾਂ ਬਾਬਾ ਮੇਰਿਆਂ ਜ਼ਿਕਰਾਂ ਚੋਂ ਬਾਬਾ ਮੇਰਿਆਂ ਜ਼ਿਕਰਾਂ ਚੋਂ ਬਾਬਾ ਮੇਰਿਆਂ ਜ਼ਿਕਰਾਂ ਚੋਂ ਅੱਜ ਮੋਜਾਂ ਵਿੱਚ ਕੱਟਦੇ ਜ਼ਿੰਦਗੀ ਸੌਣ ਵਾਲੇ ਅਸੀਂ ਬਾਬਾ ਪੁੰਜੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਕਰ ਮੇਰੇ ਦੀਆਂ ਕੰਧਾਂ ਦੇ ਵਿੱਚ ਦਰ ਤੇਰੇ ਦੀ ਇੱਟ ਲੱਗੀ ਤੇਰੇ ਦੀ ਇੱਟ ਲੱਗੀ ਦਰ ਤੇਰੇ ਦੀ ਇੱਟ ਲੱਗੀ ਜਵਾਨ ਰੱਤੂ ਦੀ ਕਲਮ ਰੱਤੂ ਦੀ ਹੁਕਮਾਂ ਤੇਰਿਆਂ ਵਿੱਚ ਵੱਜੀ ਹੁਕਮਾਂ ਤੇਰਿਆਂ ਵਿੱਚ ਵੱਜੀ ਹੁਕਮਾਂ ਤੇਰਿਆਂ ਵਿੱਚ ਵੱਜੀ ਤੂੰ ਚੁੱਪਣ ਨਾ ਦਿੱਤੇ ਕਦੇ ਵੀ ਪੈਰੀ ਸਾਡੇ ਖੁੰਗੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਜੇ ਤੂੰ ਨਾ ਹੁੰਦਾ ਅਸੀਂ ਕਿੱਥੇ ਹੁੰਦੇ ਅਸੀਂ ਕਿੱਥੇ ਹੁੰਦੇ ਧੰਨ ਗੁਰੂ ਨਾਨਕ ਜੀ ਤੂੰ ਪੀਰਾਂ ਦਾ ਪੀਰ ਧੰਨ ਗੁਰੂ ਨਾਨਕ ਜੀ ਤੂੰ ਪੀਰਾਂ ਦਾ ਪੀਰ ਧੰਨ ਗੁਰੂ ਨਾਨਕ ਜੀ ਤੂੰ ਪੀਰਾਂ ਦਾ ਪੀਰ ਧੰਨ ਗੁਰੂ ਨਾਨਕ ਜੀ ਤੂੰ ਪੀਰਾਂ ਸਿਰ ਪੀਰ ਧੰਨ ਗੁਰੂ ਨਾਨਕ ਜੀ ਪੀਰਾਂ ਦੇ 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 ਸਿਰ
ਮੁਸ਼ਕਿਲ
ਜ਼ਿਆਦਾ ਕੀਮਤ ਵਕਤ ਆ। ਜੇ ਬੰਦੇ ਕੋਲ ਵਕਤ ਨਿਕਲ ਸਕੇ ਰੱਬ ਦੇ ਨਾਂ ਦੇ ਉੱਤੇ ਤਾਂ ਉਹਦੇ ਨਾਲ ਦੀਆਂ ਘੜੀਆਂ ਕਰਮਾਂ ਵਾਲਿਆਂ ਨੂੰ ਮਿਲਦੀਆਂ, ਸਵਾਬ ਨਾਲ ਮਿਲਦੀਆਂ। ਕਈ ਵਾਰੀ ਬੰਦਾ ਜਦ ਵੀ ਟੂਣਿਆ ਦੇ ਮਗਰ ਭੱਜ ਕੇ ਵਕਤ ਵੀ ਕੱਢ ਲੈਂਦਾ, ਪਰਮਾਤਮਾ ਵੱਲੋਂ ਸਮਾਂ ਜਾਇਆ ਕਰਦਾ, ਉਹ ਪੱਲੇ ਕੁਛ ਪੈਂਦਾ ਨਹੀਂ ਹੈ, ਅੱਖ ਰੋਕ ਕੇ ਅੱਖਾਂ ਗਿੱਲੀਆਂ ਕਰਦਾ। ਉਹ ਜਿਨ੍ਹਾਂ ਨੂੰ ਮੌਕਾ ਮਿਲਦਾ, ਜੇ ਮੌਕਾ ਸੰਭਾਲ ਲਈ ਆਪਾਂ ਤਾਂ ਜਾਦੂ ਟੂਣੇ ਦੂਰ ਰਹਿ ਕੇ ਸਮਾਂ ਭਾਵੇਂ ਵੱਧ ਲੱਗ ਜਾਵੇ, ਜੋ ਪਰਿਵਾਰ 'ਚ ਖੁਸ਼ੀਆਂ ਮਿਲਦੀਆਂ ਉਹਦੇ ਨਾਲ ਦੀ ਰੀਸ ਨਹੀਂ ਹੈ। ਜਾਦੂ ਟੂਣਿਆਂ ਵੱਲੋਂ ਬੰਦਾ ਦੂਰ ਰਹਿੰਦਾ, ਜਿੰਨਾ ਅੱਗ ਦੇ ਲੱਗੇ ਜਾਂਦੇ ਆ ਉਨਾ ਸੇਕ ਜ਼ਿਆਦਾ ਮਹਿਸੂਸ ਹੁੰਦਾ ਬੰਦੇ ਨੂੰ। ਜਾਦੂ ਟੂਣੇ ਵਾਲੇ ਜੇਬਾਂ ਖਾਲੀ ਕਰਕੇ ਬੰਦੇ ਨੂੰ ਲਾਲਚ ਦੇ ਕੇ ਭਰਮਾ ਲੈਂਦੇ ਆ, ਪੱਲੇ ਕੁਛ ਪੈਂਦਾ ਨਹੀਂ ਹੈ, ਅੱਖ ਰੋਣਾ ਪੈ ਜਾਂਦਾ। ਵਕਤ ਪਰਮਾਤਮਾ ਨੇ ਸਿਜਦਾ ਕੀਤਾ ਨਹੀਂ ਐਸਾ ਜੋ ਬੰਦਾ ਲੱਭ ਪਾ ਲੈਂਦਾ। ਮਰਜ਼ੀ ਆਪੋ ਆਪਣੀ ਹੁੰਦੀ ਹੈ ਬੰਦੇ ਦੀ, ਕਿਸੇ ਕਹੇ ਜਿਹੜਾ ਕਰਨਾ ਜ਼ਬਰਦਸਤੀ ਜਿਹੜੀ ਆਪਣੇ ਮਨ ਤੋਂ ਆਪ ਕਰਨਾ ਉਹ ਇੱਕ ਉਹਨੂੰ ਹੁੰਦਾ। ਜਿੱਦਾਂ ਹੁਣ ਗੁੱਗੇ ਨਾਲ ਮੀਂਡੇ 'ਚ ਬਹੁਤ ਮੇਲੇ ਲੱਗਦੇ ਆ, ਇੱਥੇ ਬਹੁਤੇ ਜਿਹੜੇ ਨਿਆਣੇ ਨੂੰ ਤਾਂ ਪਤਾ ਨਹੀਂ ਹੋਣਾ ਗੁੱਗੇ ਨਾਲ ਹੁੰਦੀ ਕੀ ਆ। ਜਾਣੋ ਮੰਗਲਵਾਰ ਨੂੰ ਆ ਆਪਾਂ ਸੰਗਤਾਂ ਨੂੰ ਵਕਤ ਦੇਖਦੇ ਕਰਕੇ ਅਸੀਂ ਅੱਜ ਵੀ ਕੀਤਾ, ਮੰਗਲਵਾਰ ਨੂੰ ਵੀ ਕਰਨਾ। ਜਿਹਨੇ ਮੰਗਲਵਾਰ ਨੂੰ ਗੁੱਗੇ ਨਾਮ ਦਾ ਪ੍ਰਸ਼ਾਦ ਦੇਣਾ ਹੋਵੇ ਉਹ ਆਪਣਾ ਨਾਂ ਲਿਖਾ ਸਕਦੇ ਆ।
ਅਸੀਂ ਬਣਾ ਕੇ ਪਾਣੀ 'ਚ ਉੱਦਾਂ ਹੀ ਪਾਉਣ ਜਾਣ ਕਦੀ ਵੀ ਤਾਂ ਕਿੱਥੇ ਗੌਰਮੈਂਟ ਸਟ੍ਰਿਕਟ ਬਹੁਤੇ ਆ, ਆਪਾਂ ਨੂੰ ਚਾਹੁੰਦੇ ਕੋਈ ਜੰਦਰ ਲਾਉਣ ਆਵੇ ਜਾਂ ਕੋਈ ਪੁਲਿਸ ਵਿੱਚ ਫਿਰ ਇੱਥੇ ਅਸੀਂ ਕੰਮ ਉੱਦਾਂ ਦੇ ਕਰਦੇ ਜਿਹਦੇ ਵਿੱਚੋਂ ਸੰਗਤਾਂ ਵੀ ਸੌਖੀਆਂ ਰਹਿਣ, ਸੇਵਾਦਾਰ ਵੀ ਸੌਖੇ ਰਹਿਣ। ਐ ਪੀ ਐਮ ਦੇ ਲਾਲਚ ਦਾ ਕਹਿੰਦਾ 10 ਪੁਆਇੰਟ ਵੱਧ ਦਿੰਦੇ ਹਾਂ ਕੰਮ ਸਾਡੇ ਕਰ ਦਿਓ, ਅਸੀਂ ਜਾਦੂ ਟੂਣੇ ਵਾਲੇ ਕੰਮ ਨਹੀਂ ਕਰਦੇ, ਨਾ ਕਦੇ ਹੋਏ ਆ ਨਾ ਗਾਹਾਂ ਹੋਣੇ। ਇੱਥੇ ਇੱਥੇ ਜੋ ਕੁਛ ਵੀ ਹੈ ਜੋ ਬਾਬਾ ਜੀ ਦੀ ਰਹਿਮਤ ਆ ਉਹੀ ਵਰਸਦੀ ਆ, ਉਹਦੇ ਬਗੈਰ ਦੂਜਾ ਕੋਈ ਨਹੀਂ। ਉਹਦੇ ਹੁਕਮ ਦੇ ਵਿੱਚ ਰਹਿ ਕੇ ਅਸੀਂ ਹਰ ਇੱਕ ਕਾਰਜ ਕਰਦੇ ਹਾਂ, ਜਿੱਦਾਂ ਦੀ ਉਹ ਸਤਿ ਕਰਾਉਂਦਾ ਸੇਵਾ ਉੱਦਾਂ ਦੀ ਕਰੀ ਜਾਂਦੇ ਹਾਂ। ਸੇਵਾ ਦਾ ਮੁੱਲ ਨਹੀਂ ਕੋਈ ਦੇ ਸਕਦਾ, ਜੋ ਕੀਤੀ ਮੰਗਨਾਥ ਨੇ ਸਿੱਧਾ ਨੀਵਾਂ ਹੋ ਕੇ ਜੇ ਪਾਇਆ ਜਿੱਤੇ ਅੱਖੋਂ ਲੱਖ ਬਣਾ ਜਾਂਦਾ, ਸੇਵਾ ਜਿਨ ਸੱਚੇ ਮਨੋਂ ਕੀਤੀ ਨਾਥ ਦੀ। ਨਾਮ ਵਾਲਾ ਰੰਗ ਚੜ੍ਹਾ ਜਾਂਦਾ ਦੇ ਕੇ ਹਥਮਾਲਾ, ਨਾਮ ਜਪਾ ਲੈਂਦਾ ਹੁੰਦੇ ਬਿਰਲੇ ਕਰਮਾਂ ਵਾਲੇ ਜਿਹਨਾਂ ਨੂੰ ਜੋਗੀ ਦਰਸ਼ਨ ਦੇ ਜਾਂਦਾ, ਹੁੰਦੇ ਬਿਰਲੇ ਕਰਮਾਂ ਵਾਲੇ ਜਿਹਨਾਂ ਨੂੰ ਬਾਬਾ ਜੀ ਦਰਸ਼ਨ ਦੇ ਜਾਂਦਾ। ਕਲਪਨਾ ਜੀ ਦਾ ਉਹ ਸੱਚੇ ਦਰਬਾਰ ਕੀ ਜੈ। ਸੱਚ ਦੀ ਕਮਾਈ ਨੂੰ ਨਾ ਮੱਖੀ ਨਾ ਘੁਣ ਲੱਗੇ, ਜਿਹਨਾਂ ਸਿੱਧਾ ਕੀਤਾ ਬਾਬਾ ਜੀ ਨੂੰ ਪਿੱਠ ਨਾ ਕਦੇ ਲੱਗੇ। ਹਰ ਇੱਕ ਪਿੜ ਵਿੱਚ ਜਿੱਤ ਹੁੰਦੀ ਆ, ਜਿਹਨੂੰ ਸਿੱਧਾ ਪਾਇਆ ਜੋਗੀ ਨੂੰ, ਸੱਚਾ ਮਨ ਕਰੇ ਨਾਮ ਧਿਆ ਜੀਤੇ ਕੱਖੋਂ ਨੱਖ ਬਣਾ ਦੇਵੇ ਜੋਗੀ, ਸਦਾ ਸੱਚ ਨੂੰ ਸੁਨਾਮੀ ਹੁੰਦੀ ਆ। ਘਰ ਘਰ ਵਿੱਚੋਂ ਬਾਬਾ ਜੀ ਕੱਟੇ ਜਾਣ ਤਾਂ ਸੁੱਖ ਪਾ ਜਾਂਦਾ ਏ, ਐਸੀ ਸੇਵਾ ਕਰ ਢੋਲ ਅਤੇ ਨਗਾਰੇ ਵੱਜ ਵੱਜਦਿਆਂ ਅਤੇ ਸਿੱਧਾ ਪਾ ਜੋਗੀ ਬਾਹੂ ਫੜ ਲੈਂਦਾ ਏ, ਸੱਚੇ ਕਰਮ ਕਮਾਉਂਦਾ ਏ, ਜਦ ਮੌਜ ਵਿੱਚ ਫੱਕਰ ਆ ਜਾਂਦਾ ਏ। ਸਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਬੇਕਾਰੀ ਵਿੱਚੋਂ ਕੱਟੇ ਜੈਮਤਾ, ਸਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਬਾਬਾ ਜੀ ਤਾਂ ਕੱਟੇ ਜੈਮਤਾ, ਸਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਬਾਬਾ ਜੀ ਤਾਂ ਕੱਟੇ ਜੈਮਤਾ, ਸਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਬਾਬਾ ਜੀ ਤਾਂ ਕੱਟੇ ਜੈਮਤਾ। ਨਗਾਰੇ ਪਿੰਡ ਮੁਸਾਪੁਰ ਵੱਜਦੇ ਢੋਲ ਤੇ, ਨਗਾਰੇ ਪਿੰਡ ਮੁਸਾਪੁਰ ਵੱਜਦੇ ਢੋਲ ਤੇ, ਨਗਾਰੇ ਪਿੰਡ ਮੁਸਾਪੁਰ ਵੱਜਦੇ, ਚਿਮਟਾਲਾ ਜੋਗੀ ਆਉਂਦੇ ਖੜੇ ਵਿੱਚ ਨੱਚਦੇ, 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 ਸਲਾਮੀ ਦੇਣੀ ਪੈਂਦੀ ਬੇਕਾਰ ਵਿੱਚੋਂ ਕੱਟੇ ਜੈਮਤਾ, ਸਲਾਮੀ ਦੇਣੀ ਪੈਂਦੀ ਬੇਕਾਰ।
ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਵੇ ਕਰੋ ਜੋਗੀ ਕੱਟੇ ਜੈਮ ਤਾਂ ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਵੇ ਕਰੋ ਜੋਗੀ ਕੱਟੇ ਜੈਮ ਤਾਂ ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਵੇ ਕਰੋ ਜੋਗੀ ਕੱਟੇ ਜੈਮ ਤਾਂ ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਵੇ ਕਰੋ ਜੋਗੀ ਕੱਟੇ ਜੈਮ ਤਾਂ ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਵੇ ਕਰੋ ਜੋਗੀ ਕੱਟੇ ਜੈਮ ਤਾਂ ਦਾਦਾ ਸੱਚ ਨੂੰ ਸਲਾਮੀ ਦੇਣੀ ਪੈਂਦੀ ਸਰੀਰ ਦੇ ਬੰਦੇ ਨੂੰ ਤਾਰ ਮਾਰ ਦਿੰਦੇ
ਇਹ ਤਤ ਸ੍ਰੀ ਭੰਡੇ ਨੂੰ ਤਾਰ ਦਿੰਦੇ ਜੇ ਕਰੇ ਹੀ ਤਤ ਹੋਵਣ ਦੂਜੇ ਪਾਸੇ ਇਹੋ ਪੰਜ ਸਰੀਰ ਨੂੰ ਮਾਰ ਦਿੰਦੇ ਇਹੋ ਪੰਜੇ ਤਤ ਮਾੜੇ ਹੋਵਣ ਸਰੀਰ ਨੂੰ ਮਾਰ ਦਿੰਦੇ ਕੌਣ ਕਰੇ ਕੌਣ ਕਰੇ ਤੇਰੀ ਰੀਸ ਕੌਣਾ ਸਜਦੇ ਕਿਵੇਂ ਪੌਣੇ ਜੋ ਕਿਤੇ ਦੱਸ ਜਾਵੇ ਸੰਗਤਾਂ ਵੇਖਦੀਆਂ ਨੇ
ਕਿਵੇਂ ਕਰਮਿਆਂ ਕੇ ਵਰਦੇ ਸੁੱਤਾ ਜਾਣੇ ਜੋਗੀ ਸੰਗਤਾਂ ਮੈਂ ਉਡੀਕਦੀਆਂ ਨੇ ਕਿਵੇਂ ਨਾਮ ਜਪਣੇ ਤੇ ਦੂਜਿਆਂ ਨੂੰ ਜਪਾਉਣੇ ਜੋਗੀ ਸੰਗਤਾਂ ਮੈਂ ਉਡੀਕਦੀਆਂ ਨੇ ਐਸੇ ਕਰਮ ਤੂੰ ਲਿਖਦਾ ਮੈਂ ਜੋ ਲਿਖੇ ਨਾ ਆਏ ਦਰਗਾਹ ਸੰਗਤਾਂ ਬਹਿ ਕੇ ਉਡੀਕਣ ਤੈਨੂੰ ਤੇਰੇ ਵਾਜੋ ਕਿਸਨੇ ਦੁੱਖ ਮਕਾਉਣੇ ਤੂੰ ਤੰਦਰ ਦੀਆਂ ਬੁੱਝ ਲੈਂਦਾ ਏ ਜੋ ਦਰਬਾਰ ਵਿੱਚ ਤੇਰੇ ਆਉਣੇ ਖੁਸ਼ੀਆਂ ਭਰਿਓ ਵਕਤ ਬਣਾਵੇ ਮੌਕਾ ਮਿਲਿਆ ਨਾ ਵਿਅਰਥਾ ਜਾਵੇ ਕੁਝ ਐਸਾ ਕਰਮ ਕਮਾ ਜੋ ਕਿ ਤੈਨੂੰ ਸਿੱਧੇ ਜੀਤਾ ਪਾਵੇ ਕੁਝ ਐਸਾ ਕਰਮ ਕਮਾ ਜੋ ਕਿ ਤੇਰੇ ਅੰਮ੍ਰਿਤ ਜੀਤਾ ਪੀਂਦਾ ਜਾਵੇ ਕੁਝ ਐਸਾ ਅੱਖਿਓਂ ਦਿੰਦਾ ਜੋ ਕਿ ਤੈਨੂੰ ਸਿੱਧੇ ਦੁਨੀਆ ਪਾਵੇ ਤੈਨੂੰ ਸਿੱਧੇ ਦੁਨੀਆ ਪਾਵੇ ਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਨੂੰ ਸੇਵਾ ਚ ਲਗਾਈਏ ਬਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਨਾਮ ਵਾਲਾ ਰੰਗ ਚਾੜ ਦੋ ਹੱਥ ਬੜੋ ਨਾਮ ਬਾਬਾ ਜੀ ਤੋਂ ਪਾਈਏ ਬਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਨਾਮ ਵਾਲਾ ਰੰਗ ਤਨ ਮਨ ਸੇਵਾ ਚ ਲਗਾਈਏ ਬਿਨਾਮ ਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਿਨਾਮ ਵਾਲਾ ਰੰਗ ਚਾੜ ਦੋ ਕੰਨਾ ਮਸੀਹ ਬਣੇ ਆਵੇ ਪੋਣਾ ਜੀ ਸੁੱਖਾਂ ਦਾ ਮਸੀਹ ਬਣੇ ਆਵੇ ਪੋਣਾ ਜੀ ਸੁੱਖਾਂ ਦਾ ਮਸੀਹ ਬਣੇ ਆਵੇ ਪੋਣਾ ਜੀ ਸੁੱਖਾਂ ਦਾ ਮਸੀਹ ਬਣੇ ਆਵੇ ਪੋਣਾ ਜੀ ਦੁੱਖਾਂ ਨੂੰ ਮੁਕਾਉਣੇ ਆਵੇ ਜੋਗੀ ਦਰਬਾਰ ਜੀ ਦੁੱਖਾਂ ਨੂੰ ਮੁਕਾਉਣੇ ਆਵੇ ਜੋਗੀ ਦਰਬਾਰ ਜੀ ਦੁੱਖਾਂ ਨੂੰ ਮਟਾਉਣੇ ਆਵੇ ਜੋਗੀ ਦਰਬਾਰ ਜੀ ਦੁੱਖ ਨਾ ਦਿਖਾਇਓ ਲਿਓ ਆਪਣਾ ਹਜ਼ਾਨ ਜੀ ਭੁੱਖ 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 ਨਾ ਲਿਖਾਇਓ ਜਦੋਂ ਆਇਆ ਤੂੰ ਨਾ ਤਾਰ ਜੀ ਭੁੱਖ ਨਾ ਲਿਖਾਇਓ ਜਦੋਂ ਆਇਆ ਤੂੰ ਨਾ ਤਾਰ ਜੀ ਭੁੱਖ ਨਾ ਲਿਖਾਇਓ ਜਦੋਂ ਆਇਆ ਤੂੰ ਨਾ ਤਾਰ ਜੀ ਮੁਸੀਬਤਾਂ ਦਾ ਹੱਲ ਕਰੇ ਆ ਕੇ ਤੂੰ ਨਾ ਤਾਰ ਜੀ ਮੁਸੀਬਤਾਂ ਦਾ ਹੱਲ ਕਰੇ ਆ ਕੇ ਤੂੰ ਨਾ ਤਾਰ ਜੀ ਮੁਸੀਬਤਾਂ ਦਾ ਹੱਲ ਕਰੇ ਆ ਕੇ ਤੂੰ ਨਾ ਤਾਰ ਜੀ ਹੋ ਸੇਵਾ ਆਪਾਂ ਰਲ ਕੇ ਕਮਾਈਏ ਬਿਨਾਂ ਮਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਿਨਾਂ ਮਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਿਨਾਂ ਮਵਾਲਾ ਰੰਗ ਚਾੜ ਦੋ ਆਪਾਂ ਤਨ ਮਨ ਸੇਵਾ ਚ ਲਗਾਈਏ ਬਿਨਾਂ ਮਵਾਲਾ ਰੰਗ ਚਾੜ ਦੋ ਸਾਡੇ ਪਤਾ ਲੱਗ ਜਾਵੇ ਜਿਹੜਾ ਰੱਬ ਦਾ ਨਾਂ ਹੈ ਸਭ ਤੋਂ ਚੰਗੀ ਚੀਜ਼ ਉਹੀ ਆ ਆਪਾਂ ਕੰਮ ਤੇ 2 ਘੰਟੇ ਵੱਧ ਚਲਾਉਂਦੇ ਹਾਂ ਆਸ ਹੁੰਦੀ ਆ ਸਾਨੂੰ 2 ਪੌਂਡ ਵਾਧੂ ਮਿਲ ਜਾਣੇ ਆ ਜਦੋਂ ਰੱਬ ਦੀ ਗੁਲਾਮੀ ਕਰਦੇ ਹਾਂ ਉੱਥੇ ਅਣਗਿਣਤ ਪੌਂਡ ਮਿਲਦੇ ਆ ਪਾਣੀ ਵੀ ਦਿੰਦਾ ਚਾਹ ਵੀ ਦਿੰਦਾ ਦੁੱਧ ਵੀ ਦਿੰਦਾ ਹਰ ਚੀਜ਼ ਖਾਣ ਪੀਣ ਨੂੰ ਦਿੰਦਾ ਸਰੀਰ ਦੀ ਦੇਖਭਾਲ ਵੀ ਕਰਦਾ ਮਰਿਆਂ ਨੂੰ ਵੀ ਸ਼ਾਂਤੀ ਦਿੰਦਾ ਮਰਿਆਂ ਨੇ ਵੀ ਕੰਮ ਕਰਦਾ ਬੰਦਾ ਤਾਂ ਆਪਣੀ ਜਿੰਦਗੀ ਅਵਸਥਾ ਵਿੱਚ 1/2 ਘੰਟਾ ਜ਼ਿਆਦਾ ਲਾ ਕੇ ਕਹਿਣਾ ਘਰ ਦੇ ਖੁਸ਼ ਹੋ ਜੂਗੇ 2 ਪੌਂਡ ਵੱਧ ਮੈਂ ਲੈ ਕੇ ਆਉਣੇ ਘਰ ਨੂੰ 2 ਪੌਂਡਾਂ ਨੇ ਘੰਟਾ ਕੱਢਣਾ 10 ਮਿੰਟ ਕੱਢਣੇ ਆ ਦਿਹਾੜੀ ਕੱਢਣੀ ਆ ਉਹ ਡਿਪੈਂਡ ਕਰਦਾ ਬੰਦਾ ਕਿੱਦਾਂ ਦਾ ਖਰਚੇ ਉਗਾਉਣਾ ਕੰਜੂਸਿਆ ਜਾ ਕੇ ਜਿੱਦਾਂ ਉਹਨੂੰ ਮਿਲਿਆ ਉਸ ਆਪਣੇ ਰੱਖੋ ਵਾਲਾ ਆ
ਜਿਹੜਾ ਰੱਬ ਦਾ ਨਾਂ ਜਿੰਨਾ ਮਰਜ਼ੀ ਕੰਜੂਸ ਹੋਵੇ, ਜਿੰਨਾ ਮਰਜ਼ੀ ਲੜਾਈ ਜਾਵੇ, ਮੁੱਕਦਾ ਨਹੀਂ ਹੈ। ਦਰਖਤ ਲਾਇਓ, ਜੜ੍ਹਾਂ 'ਚ ਪਾਣੀ ਨਾ ਪਾਵੇ ਸੁੱਕ ਜਾਂਦੇ ਆ, ਪਰ ਰੱਬ ਦਾ ਨਾਂ ਇੱਕ ਅਜਿਹੀ ਚੀਜ਼ ਆ, ਇੱਕ ਵਾਰੀ ਜੜ੍ਹਾਂ ਨੂੰ ਪੈ ਜਾਵੇ ਉਹ ਪਰਿਵਾਰ ਦੀਆਂ ਜੜ੍ਹਾਂ ਕਦੀ ਨਹੀਂ ਸੁੱਕਣ ਦਿੰਦਾ ਮੁੜ ਕੇ। ਇੱਕ ਵਾਰੀ ਜੜ੍ਹਾਂ ਨੂੰ ਪਾਣੀ ਪਾ ਕੇ ਅੱਧੀ ਦੁਨੀਆ ਨੂੰ ਹਰੇ ਘਰ ਰੱਖਦਾ ਹੋ। ਬੰਦੇ ਨੂੰ ਕਰ ਲੈਣਾ ਚਾਹੀਦਾ, ਰੱਬ ਦਾ ਨੂਰ ਜਿਸ ਸਰੀਰ ਵਿੱਚ ਵਸਦਾ ਏ, ਉਸ ਰੂਹ ਨੂੰ ਕੰਬਣ ਨਾ ਲੱਗਦਾ, ਸਦਾ ਖੁਸ਼ੀਆਂ ਵਿੱਚ ਰੱਖਦਾ ਏ। ਕੋਈ ਵਿਹਲਾ ਜਾਣ ਪਾਉਂਦਾ ਰੱਬ ਕਿੱਥੇ ਵਸਦਾ, ਕੌਣ ਦਰਸ਼ਨ ਕਰਵਾਉਂਦਾ ਉਸਦੇ, ਕੋਈ ਵਿਹਲਾ ਹੀ ਦੱਸਦਾ। ਪੈਸੇ ਦੇ ਖੇਡ ਨੂੰ ਦੁਨੀਆ ਜਾਣਦੀ ਆ, ਕਿੱਥੇ ਬੰਦਾ ਵਸਦਾ। ਬੰਦੇ ਕੋਲ ਸੰਭਾਲ ਆਪਣਾ ਮਨ ਨਹੀਂ ਹੁੰਦਾ, ਦੂਜਿਆਂ ਨੂੰ ਕਿਵੇਂ ਸਾਂਭ ਰੱਖਦਾ। ਇੱਕ ਨਜ਼ਰਾਂ ਵਿੱਚ ਵਸਿਆ ਰੁਪਈਆ ਜਾਂ ਪੌਂਡ ਉਹ ਕਦੀ ਦੂਰ ਨਹੀਂ ਭੱਜਦਾ। ਜਿਹੜੀਆਂ ਨਜ਼ਰਾਂ ਵਿੱਚ ਪੈਸੇ ਵਸ ਜਾਂਦੇ ਆ, ਉਹ ਬੰਦਾ ਉਹਨਾਂ ਤੋਲੇ ਗੇੜੇ ਕੱਢਦਾ, ਉਹਨਾਂ ਬੰਦੇ ਨੂੰ ਰੱਬ ਵੀ ਭੁੱਲ ਜਾਂਦਾ, ਆਪਣਾ ਆਪ ਵੀ ਭੁੱਲ ਜਾਂਦਾ। ਰੱਬ ਨੇ ਚੀਜ਼ ਐਸੀ ਬਣਾਈ ਹੈ, ਇੱਕ ਕਾਗਜ਼ ਆ, ਜੇ ਨਹੀਂ ਕੋਲ ਬੰਦਾ ਰੋਂਦਾ, ਜੇ ਕੋਲ ਤਾਂ ਬੰਦਾ ਛਾਲਾ ਮਾਰਦਾ ਫਿਰਦਾ। ਹੈਗਾ ਕਾਗਜ਼ ਉਹ, ਇਹ ਕਾਗਜ਼ ਇੰਨੇ ਪਏ ਆਪਾਂ ਇਹਨਾਂ ਨਾਲ ਛਾਲਾ ਨਹੀਂ ਮਾਰ ਸਕਦੇ, ਉਹ ਜਿਹੜੇ ਪਾਉਣ ਨਾਲ ਦੇਖ ਕੇ ਮਾਰ ਸਕਦੇ ਹਾਂ। ਆਪਾਂ ਇਹਨੂੰ ਜਾਲ ਵੀ ਸਕਦੇ, ਸੱਟ ਵੀ ਸਕਦੇ, ਪਾਉਣ ਨੂੰ ਕਦੀ ਨਹੀਂ ਸੁੱਟਾਂਗੇ। ਕਹਿਣਾ ਅੱਜ ਨਹੀਂ ਤਾਂ ਫੇਰ ਕੰਮ ਆਜੂਗਾ ਕਿਤੇ, ਕਹਿਣਾ ਨਿਆਣੇ ਦੇ ਕੰਮ ਆਜੂਗਾ। ਇੱਕ ਬੰਦਾ 100 ਪਾਉਣ ਦਾ ਨੋਟ ਦੇਖਿਆ ਕਦੇ ਕਿਸੇ ਨੇ, 100 ਪਾਉਣ ਦਾ ਨੋਟ ਦੇਖਿਆ ਕਿਸੇ ਨੇ? ਸਾਡੇ ਕੋਲ 100 ਪਾਉਣ ਦਾ ਨੋਟ ਸੀ, ਇੱਥੇ ਤਾਂ ਇੰਗਲੈਂਡ ਦਾ, ਉਹਨਾਂ ਦਾ ਦੂਜੇ ਪਾਸੇ ਗਲਾਸਗੋ ਵੱਲੋਂ ਆਇਆ ਸੀ ਕਿਤੇ, ਉਹ 100 ਪਾਉਣ ਦਾ ਨੋਟ ਸੀ, ਅਸੀਂ ਸੰਭਾਲ ਕੇ ਇੰਡੀਆ ਰੱਖਿਆ ਹੈ। ਜੇ ਕਿਸੇ ਨਾ ਚੋਰੀ ਕੀਤਾ ਤਾਂ ਪਿਆ ਹੋਣਾ ਉੱਥੇ, ਹੁਣ ਬੰਦਾ ਕਹਿੰਦਾ ਮੈਨੂੰ ਦੇ ਦੇ, ਮੈਂ ਕਿਹਾ ਤੈਨੂੰ ਇੱਦਾਂ ਹਜੇ ਨਹੀਂ ਦੇਣਾ ਸੀ, ਜਦੋਂ 2-4 ਸਾਲ ਹੋ ਰਿਹਾ ਫਿਰ ਤੈਨੂੰ ਦੇਵਾਂਗੇ। ਉਹ ਅਸੀਂ ਉੱਦਾਂ ਸੰਭਾਲ ਕੇ ਕਿਤੇ ਰੱਖਿਆ। ਕਈ ਵਾਰੀ ਬੰਦੇ ਕੋਲ ਇੱਦਾਂ ਦੇ ਆ ਜਾਂਦੇ, ਜਿਹੜੀ ਨਹੀਂ 5-5 ਪਾਉਂਡ ਚੱਲੇ ਸੀ ਅੱਗੇ, ਸਾਡੇ ਕੋਲ ਉਹ ਵੀ ਸੀ, ਉਹ ਅਸੀਂ ਕਿਸੇ ਨੂੰ ਦੇ ਦਿੱਤੇ। ਉਹਨਾਂ 'ਚ ਇੱਕ ਅਸੀਂ ਹਜੇ ਵੀ ਰੱਖਿਆ, ਉਹਦੀ ਕੀਮਤ ਬਹੁਤ ਆ। ਇੱਕ 50 ਪੈਸੇ ਆ, ਉਹਦੀ ਕੀਮਤ 1200 ਪਾਉਂਡ ਆ। ਉਹ ਸ਼ੋਪ 'ਚ ਵੱਢ ਕੇ ਰੱਖ ਲੈਂਦੇ ਹੁੰਦੇ ਸੀ, ਜਦੋਂ ਜਿਹਨਾਂ ਉੱਤੇ ਕੁਛ ਲਿਖਿਆ ਹੁੰਦਾ ਸੀ, ਅਸੀਂ ਉਹਨਾਂ ਜਮ੍ਹਾਂ ਕੀਤੇ ਬਹੁਤ। ਅਸੀਂ 400 ਪਾਉਂਡ ਦੀ 50 ਜਮ੍ਹਾਂ ਕੀਤੀਆਂ ਸ਼ੋਪ 'ਚੋਂ ਕੱਢ ਕੇ, ਉਹ ਸਾਡੇ ਕੋਲ ਹਜੇ ਵੀ ਕਿਤੇ ਪਈਆਂ। ਉਹਨਾਂ ਦੀ ਕੀਮਤ 'ਚ 1000 ਪਾਉਂਡ ਹੋਣੀ ਆ। ਹੁਣ ਅਸੀਂ ਸੋਚਿਓ, ਜੋ ਅੱਖਾਂ ਦੇ ਪ੍ਰਸ਼ਨ ਉੱਥੇ ਕੇ ਵਰਤਣੀ ਆ ਅਸੀਂ, ਉਹ ਕਿਸੇ ਗਰੀਬ ਦੇ ਕੰਮ ਆ ਜੋ। ਕਰਮ ਜਾਣੇ ਦੁਨੀਆ ਦੇਖਦੀ, ਅੱਖਾਂ ਅੱਖੋਂ ਪੈਰ ਕੁਝ ਨਹੀਂ ਦਿਸਦਾ। ਥਾਲੀ ਪਰੋਸ ਕੇ ਕੋਈ ਅੱਗੇ ਰੱਖੇ ਤਾਂ ਰੋਟੀ ਖਾਣ ਲੱਗਾ ਬੰਦਾ ਲੱਭ ਲੱਭ ਦੇਖਦਾ। ਜੇ ਅੱਖਾਂ ਹੈ ਨਹੀਂ, ਆਪਣਾ ਖਾਣਾ ਮੂਹਰੇ ਪਿਆ ਦਿਸਦਾ ਨਹੀਂ ਬੰਦੇ, ਬੰਦਾ ਖਾਂਦਾ ਉਹਨੂੰ ਤੋੜ ਕੇ ਖਾਂਦਾ ਕਿ ਵਰਤੀ ਕਿੱਥੇ ਪਈ ਆ, ਕਿੱਥੇ ਪਈ ਆ। ਜੇ ਬੰਦੇ ਕੋਲ ਅੱਖਾਂ ਹੈਗੀਆਂ ਤਾਂ ਦੂਜਾ ਜਹਾਨ ਹੈ ਇੱਕ ਹੋਰ, ਜਿਹੜਾ ਆਪਾਂ ਦੇਖਦੇ ਹਾਂ। ਆਪਣੇ ਆਪ ਨੇ ਤਾਂ ਬੰਦੇ ਕੋਲ ਅੱਖਾਂ ਨਹੀਂ ਰੋਟੀ ਖਾ ਲੈਂਦਾ, ਦੂਜੇ ਮੁੱਝ ਕਿੱਦਾਂ ਬੁਰਕੀ ਪਾ ਸਕਦਾ ਉਹ? ਆਪਣੇ ਖੁਦ ਨਿਆਣਿਆਂ ਨੂੰ ਦੇਖ ਨਹੀਂ ਸਕਦਾ ਬੰਦਾ। ਆਪਣੀ ਕੋਸ਼ਿਸ਼ ਕਿਸੇ ਗਰੀਬ ਦੇ, ਕਿਸੇ ਅਮੀਰ ਦੇ, ਕੋਈ ਵੀ ਆਪਾਂ ਕਿਸੇ ਕੰਮ ਆ ਸਕਦੇ ਹਾਂ, ਉਹਦੇ ਨਾਲ ਭਲਾ ਨਹੀਂ ਹੈ। ਜਿਹੜਾ ਅਸੀਂ ਉੱਥੇ ਬੋਰਡ ਬਣਾ ਕੇ ਲਾਉਣਾ, ਇੱਥੇ ਜੋ ਸੰਗਤਾਂ ਦਾ ਲਾਉਣਾ, ਅਸੀਂ ਉਹਨਾਂ ਬੰਦਿਆਂ ਗੱਲ ਕੀਤੀ ਕਿ ਜਿਹੜਾ ਸੰਗਤਾਂ ਵੱਲੋਂ ਬੋਰਡ ਲਾਉਣਾ, ਬਾਬਾ ਜੀ ਦਾ ਨਾਂ ਲਿਖਣਾ ਦਰਬਾਰ ਦਾ ਸੀ ਉਹਦੇ ਉੱਤੇ। ਸਾਡਾ ਨਾਂ ਵਿੱਚ ਆਵੇ ਨਾ ਆਵੇ ਸਾਨੂੰ ਕੋਈ ਫਰਕ ਨਹੀਂ ਹੈ, ਪਰ ਅਸੀਂ ਸੰਗਤਾਂ ਦਾ ਨਾਂ ਲਿਖ ਲਾਉਣਾ ਕਿ ਸੰਗਤਾਂ ਕਲਿਆਣ ਦੀ ਸੇਵਾ ਕਰਦੀਆਂ ਸਾਰਾ। ਜਿਹੜਾ ਇੱਧਰਲਾ ਵਕਤ ਆ, ਸਬੱਬ ਵੀ ਮਿਲਦਾ, ਕਿਸੇ ਨੂੰ ਪਿੱਛੇ ਨਹੀਂ ਰਹਿਣਾ ਚਾਹੀਦਾ, ਜਿੰਨੀ ਵੱਧ ਵੱਧ ਚੜ੍ਹ ਕੇ ਸੇਵਾ ਕਰ ਸਕਦੇ ਕਰਨੀ ਚਾਹੀਦੀ ਆ। ਚੁੱਕ ਜਾਣਾ ਨੀਵੇਂ ਮਨ ਤੋਂ ਹੋਣਾ ਮੁਸ਼ਕਿਲ ਲੱਗਦਾ ਏ, ਝੁਕਣਾ ਬੰਦੇ ਨੂੰ ਬਹੁਤ ਸੌਖਾ ਆ, ਮਨ ਤੋਂ ਨੀਵਾਂ ਹੋਣਾ ਬਹੁਤ ਔਖਾ ਆ। ਝੁਕੇ ਨੂੰ ਹਰ ਇੱਕ ਬੰਦਾ ਦੇਖ ਲੈਂਦਾ, ਮਨ ਤੋਂ ਨੀਵੇਂ ਹੋਏ ਨੂੰ ਪਰਮਾਤਮਾ ਦੇਖ ਸਕਦਾ, ਆਪਣਾ ਹੱਥ
ਆਪਣੇ ਨਾਲ ਖੜਾ ਉਹ ਦੇਖ ਨਹੀਂ ਸਕਦਾ ਕਿ ਬੰਦਾ ਮਨ ਤੋਂ ਨੀਵਾਂ ਹੋਇਆ ਹੈ। ਜਦੋਂ ਉੱਦਾਂ ਆਪਾਂ ਨੀਵੇਂ ਹੁੰਦੇ ਹਾਂ, ਚਾਹੇ ਪਖੰਡਲੇ ਹੋਈਏ ਚਾਹੇ ਹਕੀਕਤ ਵਿੱਚ, ਜਿਹੜਾ ਮਰਜ਼ੀ ਦੇਖ ਸਕਦਾ ਉਹਨੂੰ, ਪਰ ਜਦੋਂ ਮਨ ਤੋਂ ਨੀਵੇਂ ਹੁੰਦੇ ਹਾਂ ਉਹਨੂੰ ਪਰਮਾਤਮਾ ਦੇਖ ਸਕਦਾ। ਉਹੀ ਬੰਦੇ ਨੇ ਜੋ ਕਰਦਾ ਕਰਨ ਵਾਲਾ ਆ ਉਹਦਾ ਨੂਰ ਬਣਾਇਆ ਦੁਨੀਆਂ ਦੇ ਵਿੱਚ ਆ, ਕੋਈ ਕਾਲਾ ਕੋਈ ਚਿੱਟਾ ਕੋਈ ਗੋਰਾ, ਪਰਮਾਤਮਾ ਸਭ ਦਾ ਇੱਕੋ ਹੀ ਆ। ਉਹਨੂੰ ਮੰਨਣ ਦੇ ਰਾਹ ਵੱਖਰੇ ਵੱਖਰੇ ਆ। ਕੋਈ ਕਹਿੰਦਾ ਮੇਰਾ ਰੱਬ ਵੱਡਾ, ਕੋਈ ਕਹਿੰਦਾ ਮੇਰਾ ਰੱਬ ਵੱਡਾ, ਰੱਬ ਤਾਂ ਇੱਕੋ ਹੀ ਆ, ਉਹਨੂੰ ਛੋਟਾ ਕਰ ਲੈਂਦਾ ਕੋਈ, ਕੌਣ ਵੱਡਾ ਕਰ ਲੈਂਦਾ। ਉਹ ਕਰਨ ਵਾਲੀ ਆਪਣੀ ਮਰਜ਼ੀ ਆ। ਰੱਬ ਉਹੀ ਆ ਜਿਹੜਾ ਤੁਹਾਨੂੰ ਰੁਜ਼ਗਾਰ ਦਿੰਦਾ, ਖਾਣ ਲਈ ਛੱਤ ਦਿੰਦਾ, ਉਹੀ ਰੱਬ ਸਭ ਨੂੰ ਦੇਵੇ। ਉਹਦੇ ਨਾਂ ਤੋਂ ਵਾਂਝਾ ਨਾ ਕੋਈ ਪਿੱਛੇ ਰਹਿ ਜਾਵੇ। ਸਭ ਤੋਂ ਕਰਮ ਕਮਾਉਂਦਾ ਨਿਰੇ ਸਵੱਲੀ ਪਾਵੇ, ਆਪਣੇ ਜਾਣ ਕੇ ਜੋ ਬਾਹੂ ਫੜਦਾ ਹੈ ਗਲ ਨਾ ਲਾਵੇ, ਡਿੱਗਿਆਂ ਨੂੰ ਠੋਕਰ ਮਾਰਦੇ ਆਪਣੇ ਰੱਬ ਚੱਕ ਕੇ ਆਪਣਾ ਬਣਾਵੇ। ਕਦੇ ਦੂਰੀਆਂ ਮੁੜ ਨਹੀਂ ਪਾਉਂਦਾ ਜੋ ਸਿੱਜਦਾ ਮਨ ਤੋਂ ਬਾਬਾ ਜੀ ਨੂੰ ਪਾਵੇ, ਜੋ ਸਿੱਜਦਾ ਮਨ ਤੋਂ ਬਾਬਾ ਜੀ ਨੂੰ ਪਾਵੇ। ਮਾਵਾਂ ਵਰਗੀ ਮਾਂ ਨਾ ਮਿਲਦੀ, ਲੱਖ ਮਤਰੇ ਮਿਲ ਜਾਂਦੀਆਂ ਨੇ। ਸੱਚੀ ਮਾਂ ਉਹ ਜੋ ਜਨਮ ਦਿੰਦੀ ਹੈ ਉਹਦੇ ਵਰਗੀ ਦੂਜੀ ਮਾਂ ਨਾ ਮਿਲਦੀ। ਕਰਮਨ ਮਾਇਆ ਮਿਲਦੀ ਅਮੇ ਗਵਾ ਲੈਣਾ, 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 ਸਤਿਕਾਰ ਤੂੰ ਦਿਲ ਤੋਂ ਐਵੇਂ ਗਵਾ ਲੈਣਾ, ਕਰਮਨ ਮਾਇਆ ਮਿਲਦੀ ਐਵੇਂ ਗਵਾ ਲੈਣਾ, ਕਰਮਨ ਮਾਇਆ ਮਿਲਦੀ ਐਵੇਂ ਗਵਾ ਲੈਣਾ, ਕਰਮਨ ਮਾਇਆ ਮਿਲਦੀ ਐਵੇਂ ਗਵਾ ਲੈਣਾ, ਸਤਿਕਾਰ ਤੂੰ ਮੰਗਾ ਐਵੇਂ ਗਵਾ ਲੈਣਾ, ਕਰਮਨ ਮਾਇਆ ਮਿਲਦੀ ਐਵੇਂ ਗਵਾ ਲੈਣਾ, ਕਰਮਨ ਮਾਇਆ ਮਿਲਦੀ ਐਵੇਂ ਗਵਾ ਲੈਣਾ। ਕੋਈ ਆਖਦਾ ਹਿੰਦੂ, ਕੋਈ ਆਖੇ ਮੁਸਲਮਾਨ, ਕੋਈ ਕਹਿੰਦਾ ਤੂੰ ਸਿੱਖੀਏ, ਪਰਮਾਤਮਾ ਨੇ ਇੱਕ ਇਨਸਾਨ ਬਣਾਇਆ ਜਿਨ ਇਨਸਾਨ ਕੀ ਜਾਣ ਰਹੀ, ਮਨ ਨੂੰ ਸ਼ਾਂਤੀ ਆਈ ਕਿ ਐਸੀ ਇਨਸਾਨੀਅਤ ਬਣ ਜਾਂਦੀ, ਜੋ ਸੁੱਪੇ ਧਰਮਾਂ ਤੇ ਰਾਜ ਕਰਦੀ, ਕੁਝ ਜੀਤੇ ਸੋਚ ਨਾ ਮੰਦੀ ਰੱਖੀ ਮਨ ਵਿੱਚ ਅੱਗੇ, ਜੇਕਰ ਬੋਲਣਾ ਚਾਹੁੰਦਾ ਏ ਮਨ ਵਸਾਲਾ ਇਨਸਾਨੀਅਤ ਨੂੰ, ਜੋ ਬਾਬਾ ਜੀ ਦਰਸਾਉਂਦਾ ਏ। ਹਿੰਦੂ ਕੌਣ ਜਾਣੇ ਕੌਣ ਜਾਣੇ, ਮੁਸਲਮਾਨ ਕੀ ਸਿੱਖੇ ਸਾਈ, ਕੌਣ ਬੋਧੀ ਸਭ ਇੱਕੋ ਹੀ, ਬਾਬਾ ਜੀ ਨੇ ਐਸੀ ਰੀਤ ਚਲਾਈ, ਨਾ ਦੇਖ ਕੇ ਬੰਦਾ ਜਾਵੇ ਪਛਤਾਈ, ਇੱਕੋ ਰੱਬ ਆ ਜਿਸ ਨੂੰ ਸਿੱਧੇ ਪਾਉਂਦੀ ਦੁਨੀਆਂ, ਕੋਈ ਚਰਚਾ ਵਿੱਚ ਜਾਂਦਾ ਕੋਈ ਮੰਦਰੀ ਆਵੇ ਕੋਈ ਜਾਂਦਾ ਗੁਰਦੁਆਰੇ, ਐਸੀ ਬੰਤ ਪ੍ਰਭੂ ਨੇ ਆਪ ਬਣਾਈ, ਪਿੱਛੇ ਰਹਿ ਨਾ ਜਾਵੀਂ ਜਿੱਤੇ ਮਨ ਤੋਂ ਸਿੱਜਦਾ ਪਾਈ, ਕਦੇ ਬਗਾਨਾ ਨਾ ਹੋਵੇ ਕੋਈ, ਰੱਬ ਨੂੰ ਆਪਣੇ ਜਾਣ ਪਾਈ, ਰੱਬ ਨੂੰ ਆਪਣਾ ਜਾਣ ਪਾਈ, ਰੱਬ ਨੂੰ ਆਪਣੇ ਜਾਣ ਪਾਈ। ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਗੁੰਨੀਆਂ ਜਿਹਾ ਮਾਤ ਸੋਟੀ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰਿਆ ਨਿਗਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਪੰਜੇ ਪੀਰੇ ਹਨ ਕਾਹੇ ਵਿੱਚੋਂ ਨਿਕਲੇ ਪਤਾ ਨੀ ਕਿਹਨੂੰ ਕਿਹਨੂੰ ਤਾਰਨਾ, ਮੌਜ ਵਿੱਚ ਪੀਰੀ ਆਏ ਜਾਣਾ ਅੱਜ ਤਾਰਵੇ, ਮੌਜ ਵਿੱਚ ਪੀਰੀ
ਮੋਜ ਵਿੱਚ ਪੀ ਆਏ ਜਾਣਾ ਅੱਜ ਤਾਰੇ ਕਿਤੇ ਸਵਾਰੇ ਆਏ ਹੋ ਕੇ ਮਿਹਰਬਾਨ ਵੇ 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 ਦਰਬਾਰ ਵਿੱਚ ਪੜ੍ਹਦੇ ਕੁਰਾਨ ਵੇ ਵਿੱਚ ਦਰਬਾਰ ਆਏ ਪੜ੍ਹਦੇ ਕੁਰਾਨ ਵੇ ਵਿੱਚ ਦਰਬਾਰ ਆਏ ਪੜ੍ਹਦੇ ਕੁਰਾਨ ਵੇ ਵਿੱਚ ਦਰਬਾਰ ਆਏ ਪੜ੍ਹਦੇ ਕੁਰਾਨ ਵੇ ਮਿਲਿਆ ਸਭ ਆਪਣੇ ਬਣਾਇਆ ਬਸੇਵਾ ਵਿੱਚੋਂ ਨਹੀਂ ਤੇਰੀ ਮੇਰੀ ਕਰਕੇ ਪਾਣੀ ਤਾਂ ਪਾਣੀ ਹੁੰਦਾ ਏ ਲੱਖਾਂ ਦੇ ਦੁੱਖਾਂ ਨੂੰ ਹਰ ਲੈਂਦਾ ਜਦੋਂ ਅੰਮ੍ਰਿਤ ਬਣਦਾ ਅੰਮ੍ਰਿਤ ਬਣਾਵਣ ਵਾਲਾ ਕੋਈ ਇੱਕ ਐਸਾ ਹੋਵੇ ਜੋ ਦੁਨੀਆਂ ਨੂੰ ਅੰਮ੍ਰਿਤ ਕਰਦਾ ਇਨਸਾਨੀਅਤ ਨੂੰ ਜਾਣ ਕੋਈ ਵਿਲਣਾ ਪਾਉਂਦਾ ਜੋ ਬਾਬਾ ਜੀ ਨੂੰ ਸਿੱਜਦੇ ਕਰਦਾ ਇੱਕ ਐਸਾ ਕਰਮ ਜੋ ਲਿਖ ਜਾਂਦਾ ਏ ਜਿੱਥੇ ਕਲਮ ਫੇਰੇ ਜੋ ਕਿ ਨਾ ਕਿਸੇ ਕੋਲੋਂ ਕਹਿੰਦਾ ਸੱਦੇ ਰਹਿੰਦਾ ਪਿੰਡ ਮੁਸਾਫਰ ਨਾਥ ਦੀਆਂ ਅਈਆਂ ਜੀਤੇ ਨੇ ਜੋ ਕਿ ਹੱਸਦਾ ਅੰਮ੍ਰਿਤ ਪੀਤਾ ਜੋ ਕਿ ਉੱਤੋਂ ਜੀਤੇ ਨੇ ਅੰਮ੍ਰਿਤ ਪੀਤਾ ਸਿੱਜਦੇ ਆ ਪਾਈਏ ਨਾਥ ਨੂੰ ਜਿਹਦੇ ਹੱਥਾਂ ਦਾ ਅੰਮ੍ਰਿਤ ਪੀਤਾ ਸਿੱਜਦੇ ਆ ਪਾਓ ਨਾਥ ਨੂੰ ਜਿਹਦੇ ਹੱਥਾਂ ਦਾ ਅੰਮ੍ਰਿਤ ਪੀਤਾ ਸਿੱਜਦੇ ਆ ਪਾਈਏ ਨਾਥ ਨੂੰ ਜਿਹਦੇ ਹੱਥਾਂ ਦਾ ਅੰਮ੍ਰਿਤ ਪੀਤਾ ਸਿੱਜਦੇ ਆ ਪਾਈਏ ਨਾਥ ਨੂੰ ਜਿਹਦੇ ਹੱਥਾਂ ਦਾ ਅੰਮ੍ਰਿਤ ਪੀਤਾ ਸਿੱਜਦੇ ਆ ਪਾਈਏ ਨਾਥ ਨੂੰ ਇੱਕ ਨੂਰ ਬੰਦੀ ਆ ਜੋ ਵਿੱਚ ਤੇਰੇ ਬਖਸ਼ਦਾ ਇੱਕ ਨੂਰ ਬੰਦੀ ਆ ਜੋ ਵਿੱਚ ਤੇਰੇ ਬਖਸ਼ਦਾ ਇੱਕ ਨੂਰ ਬੰਦੇ ਆ ਜੋ ਵਿੱਚ ਤੇਰੇ ਬਖਸ਼ਦਾ ਜਿਹਨਾਂ ਨੇ ਉਹ ਅੰਮ੍ਰਿਤ ਪੀਤਾ ਸੀ ਉਹਨਾਂ ਨੂੰ ਕਿਸੇ ਨੂੰ ਕਰੋਨਾ ਨਹੀਂ ਸੀ ਹੋਇਆ ਕਰੋਨਾ ਉਹਨਾਂ ਦੇ ਘਰਾਂ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਜਿਹਨਾਂ ਨੇ ਸੱਚਾ ਮਨ ਕਰ ਉਹ ਅੰਮ੍ਰਿਤ ਪੀਤਾ ਸੀ ਦੋ ਵਾਰੀ ਬਾਬਾ ਜੀ ਨੇ ਦਾਨ ਅੰਮ੍ਰਿਤ ਦਿੱਤੇ ਸੀ ਉਹਨਾਂ ਅੰਮ੍ਰਿਤਾਂ ਦਾ ਇੰਨਾ ਫਾਇਦਾ ਸੀ ਕਿ ਆਪਾਂ ਨੂੰ ਬਿਮਾਰੀ ਤੋਂ ਦੂਰ ਰੱਖਿਆ ਜਿਹਦਾ ਕਦੀ ਮੁੱਲ ਕੋਈ ਅਦਾ ਨਹੀਂ ਕਰ ਸਕਦਾ ਹੈ ਨਾ ਉਹਦਾ ਮੁੱਲ ਬਾਬਾ ਜੀ ਨੇ ਕੋਈ ਮੰਗਿਆ ਸੀ ਕਿਸੇ ਤੋਂ
ਨਾ ਕਦੀ ਮੰਗਣਾ ਨਹੀਂ। ਇੱਦਾਂ ਚੀਜ਼ਾਂ ਨਾਲ ਇੱਕ ਮੌਜ ਹੁੰਦੀ ਆਪਣੀ, ਜਦੋਂ ਮੌਜ ਦੇ ਵਿੱਚ ਆਉਂਦੇ ਆ ਇਹਦੇ ਨਾਲ ਨੂਰ ਵਰਸਾਉਂਦੇ ਆ, ਜਿਹੜਾ ਮੁੜ ਕੇ ਕਦੀ ਬੰਦੇ ਨੂੰ ਟੋਲਿਆਂ 'ਤੇ ਵੀ ਲੱਭਦਾ ਨਹੀਂ ਹੈ। ਹੱਸਦੇ ਵੱਸਦੇ ਰੱਖਦਾ ਜੋ ਦੁਨੀਆ ਨੂੰ, ਤੇਰੀ ਮੇਰੀ ਕੋਲ ਦੂਰ ਕਹਿੰਦਾ ਰਹਿ ਜਿੱਤੇ, ਪਤਣਾ ਤੋਂ ਪਾਰ ਬੇੜਾ ਕਰ ਜਾਂਦਾ ਏ, ਜਿਸਨੇ ਜੋਗੀ ਹੱਥੋਂ ਅੰਮ੍ਰਿਤ ਪੀਤੇ। ਸਬਰ ਯਕੀਨ ਕਰਨਾ ਪੈਂਦਾ ਏ, ਜਿਨ ਸੱਚੇ ਹਿਰਦੇ ਉਹ ਸਬਰ ਆ ਕੀਤੇ, ਕੱਖੋਂ ਲੱਕ ਬਣਾ ਦਿੰਦਾ ਜੋਗੀ ਉਸਨੂੰ, ਜਿਹਨਾਂ ਨਾਸ ਦੇ ਅੰਮ੍ਰਿਤ ਪੀਤੇ। ਬਾਬਾ ਜੀ ਦੇ ਅੰਮ੍ਰਿਤ ਦੇ ਵਿੱਚੋਂ ਸੰਗਤਾਂ ਦੇ ਬਹਿਣ ਦੇ ਵਿੱਚ ਦਰਬਾਰ ਵਿੱਚ ਆਉਣ ਦੇ ਨਾਲ ਉਹ ਚੀਜ਼ਾਂ ਆਪਾਂ ਨੂੰ ਪ੍ਰਾਪਤ ਹੋ ਸਕਦੀਆਂ, ਜਿਨ੍ਹਾਂ ਦੇ ਪਿੱਛੇ ਆਪਾਂ ਭੱਜੇ ਫਿਰਦੇ ਹਾਂ ਉਹ ਵੀ ਆਪਣੇ ਕੋਲੋਂ ਆਪੇ ਆਉਣਗੀਆਂ, ਜਿਹਨਾਂ ਨੂੰ ਆਪਾਂ ਲੱਭਦੇ ਹਾਂ। ਪਰ ਸੰਗਤਾਂ ਵਿੱਚ ਆ ਕੇ ਬਹਿਣਾ ਪੈਂਦਾ, ਜੇ ਕਹੀਏ ਆਪਾਂ ਬਾਹਰੋਂ ਦੇਖ ਕੇ ਮੁੜ ਜਾਈਏ ਮਗਰ ਨਹੀਂ ਆਉਂਦਾ ਬਾਬਾ ਜੀ ਕਦੇ ਕਿਸੇ ਦੇ। ਜੇ ਆਪਾਂ ਬਾਬਾ ਜੀ ਦੇ ਕੋਲ ਆਏ ਹਾਂ, ਜਦੋਂ ਉਹਨਾਂ ਵਕਤ ਤੋਂ ਜਦੋਂ ਆਉਂਦੇ ਆ ਮੂਰਤ 'ਤੇ ਸਵਾਰੀ ਘਰ ਆਉਂਦੇ ਆ, ਉਦੋਂ ਫਿਰ ਨਜ਼ਰ ਵਿੱਚ ਜਿਹੜਾ ਆ ਜਾਂਦਾ ਉਹਦੇ ਕੱਖੋਂ ਲੱਖ ਬਣਾ ਦਿੰਦੇ ਆ। ਸਾਡਾ ਭੋਰਾ ਸੀ ਇੱਥੇ, ਅੱਜ ਤੋਂ 3 ਯੁੱਗ ਪਹਿਲਾਂ ਧੂਣਾ ਪਾ ਕੇ ਗਿਆ ਸੀ ਬਾਬਾ ਜੀ। ਇਹ ਜਦੋਂ ਆਪਾਂ ਘਰ ਹੁੰਦੇ ਸਾਨੂੰ ਉਦੋਂ ਦੱਸਦੇ ਹੁੰਦੇ ਸੀ, ਕਹਿੰਦੇ ਇੱਕ ਜਗ੍ਹਾ ਆ ਉਹਦੇ ਵਿੱਚ ਭੋਰਾ ਬਣਿਆ ਆ, ਉਸ ਜਗ੍ਹਾ ਦੇ ਉੱਤੇ ਅਸੀਂ ਧੂਣਾ ਪਾ ਕੇ ਗਏ ਸੀ। ਉਦੋਂ ਜੰਗਲ ਇੱਥੇ ਆਉਂਦੇ ਸੀ, ਕੋਈ ਵਾਦੀ ਨਹੀਂ ਸੀ ਹੈ। ਉਸ ਵੇਲੇ ਉਹਨੂੰ ਕੀ ਲੋੜ ਹੋ ਕੇ ਕੀ ਕਰਨਾ ਹੈ ਹੁਣ ਕਿੱਥੇ, ਜਿਹੜਾ ਤਿੰਨੀ ਯੁੱਗੀ ਆ ਕੇ ਫਿਰ ਆਪਣਾ ਸਥਾਨ ਮੁੜ ਕੇ ਘੜਾ ਲਿਆ ਨਹੀਂ। 3 ਯੁੱਗ ਜੇ 1000 ਸਾਲ ਦਾ ਵੀ ਯੁੱਗ ਹੋਇਆ ਕਿੰਨਾ ਸਮਾਂ ਬਣ ਜਾਂਦਾ, ਇੰਨੇ ਸਮੇਂ ਵਿੱਚ ਕਿੰਨੀਆਂ ਦੁਨੀਆਂ ਆਈ ਆ ਕਿੰਨੀ ਚੱਲ ਗਏ, ਪਰ ਉਹਨੇ ਆਪਣਾ ਸਥਾਨ ਨਹੀਂ ਭੁੱਲਿਆ। ਉਸ ਸਥਾਨ ਦੇ ਵਿੱਚ ਆਪਾਂ ਕਿੰਨੇ ਰਲ ਕੇ ਬੈਠੇ ਹਾਂ, ਕਿੰਨੇ ਸੁੱਖ ਪਾ ਕੇ ਗਏ ਆ, ਕਿੰਨੇ ਦੁੱਖ ਬਾਗੀ ਨੇ ਮਿਟਾਏ ਆ, ਕਦੀ ਕਿਸੇ ਕੋਲੋਂ ਲਾਲ ਪੈਸਾ ਨਹੀਂ ਮੰਗਿਆ, ਫਿਰ ਵੀ ਸਭ ਕੁਝ ਚੱਲੀ ਜਾਂਦਾ ਸੀ, ਕੋਈ ਦੇ ਜਾਂਦਾ ਕੋਈ ਲੈ ਜਾਂਦਾ, ਮੌਜ ਆਪੋ ਆਪਣੀ ਆ। ਜੋਗੀ ਜਿਹਦੇ ਉੱਤੋਂ ਸੇਵਾ ਕਰਵਾ ਜਾਂਦਾ, ਰੋਗ ਨਾ ਪਾਉਂਦਾ ਦੂਜਾ ਕੋਈ, ਸੱਚਾ ਮਨ ਬਣਾ ਦਿੰਦਾ। ਇੱਕ ਬੰਦਾ ਕਹਿੰਦਾ ਮੈਨੂੰ ਦੁਆ ਨਹੀਂ ਦੇਣੀ ਮੰਦਰ ਨੂੰ, ਉਹਦੀ ਸੋਚ ਖਰੇ ਇੱਦਾਂ ਦੀ ਹੋਣੀ ਆ, ਕਹਿੰਦਾ ਮੈਂ ਬੰਦ ਕਰਵਾ ਦੂੰਗਾ। ਬਾਬਾ ਜੀ ਮੰਦਰ ਕਦੀ ਬੰਦ ਨਹੀਂ ਹੁੰਦੇ, ਕੋਈ ਦੁਆਨੀ ਦੇਵੇ ਨਾ ਦੇਵੇ, ਜਦੋਂ ਬਾਬਾ ਨੇ 3 ਯੁੱਗੀ ਆ ਕੇ ਆਪਣਾ ਕਰਮ ਕੀਤਾ ਇੱਥੇ, ਉਹ ਕਦੀ ਵੀ ਇੱਦਾਂ ਦਾ ਕਰਮ ਨਹੀਂ ਹੋਣ ਦੇਣਗੇ ਕਿ ਬੰਦਾ ਹੰਕਾਰ ਆਪਣੇ ਮਨ ਵਿੱਚ ਕਰੇ ਉਹਨੂੰ ਨਾ ਪਤਾ ਲੱਗੇ। ਉਹ ਹੰਕਾਰ ਕਰਨ ਵਾਲੇ ਨੂੰ ਪਹਿਲਾਂ ਜਾਣ ਲੈਂਦਾ ਬੰਦੇ ਨੂੰ ਕਿ ਕਿਹੜੇ ਹੰਕਾਰ 'ਚ ਵਸਦਾ। ਇੱਕ ਨੇ ਫੜੀ ਬੱਸ, ਦੂਜੇ ਸ਼ਹਿਰ ਨੂੰ ਜਾਣਾ ਸੀ, ਬੱਸ ਰਸਤੇ ਖਰਾਬ ਹੋਈ, ਉੱਤਰ ਕੇ ਕਹਿਣ ਲੱਗਾ ਡਰਾਈਵਰ ਤੂੰ ਮੈਨੂੰ ਛੱਡ ਆਉਣਾ ਸੀ। ਉਹ ਕਹਿੰਦਾ ਫੜ ਚਾਬੀ ਬੱਸ ਲੈ ਜਾ, ਤੂੰ ਮੈਂ ਤੇਰੇ ਕੰਮ ਨਹੀਂ ਆਉਣਾ, ਉਹ ਤੇ ਰੱਖ ਭਰੋਸਾ ਜੇ ਕੰਮ ਆ ਤੇਰੇ ਆਉਣਾ। ਉਹ ਕਹਿੰਦਾ ਬੱਸ ਤਾਂ ਮੈਂ ਕਦੇ ਚਲਾਈ ਨਹੀਂ, ਕਹਿੰਦਾ ਤੂੰ ਆਪੇ ਕਹਿੰਦਾ ਮੈਨੂੰ ਛੱਡਿਆ, ਕਹਿੰਦਾ ਬੱਸ ਖਰਾਬ ਹੈ ਮੇਰੇ 'ਤੇ ਚੱਲਣੀ, ਤੂੰ ਚਲਾ ਲਾ। ਨਾਲ ਦਸੋ ਦਿੱਤਾ, ਕਹਿੰਦਾ ਰੱਬ ਕਰ ਸਕਦਾ ਸਭ ਕੁਛ ਪਰ ਮੈਂ ਨਹੀਂ, ਕਹਿੰਦਾ ਕਰ ਸਕਦਾ। ਜੇ ਰੱਬ 'ਤੇ ਭਰੋਸਾ ਰੱਖਾਂਗੇ ਆਪਾਂ ਤਾਂ ਖੜੀ ਬੱਸ ਵੀ ਤੁਰ ਪੈਣੀ ਆ, ਵਿਗੜੀ ਚੀਜ਼ ਵੀ ਬਣ ਜਾਣੀ, ਟੁੱਟੀ ਚੀਜ਼ ਵੀ ਬਣ ਜਾਣੀ ਆ, ਪਰ ਭਰੋਸਾ ਕਰਨਾ ਪੈਂਦਾ, ਬਿਨਾਂ ਭਰੋਸੇ ਦੇ ਕਦੀ ਕੁਛ ਨਹੀਂ ਹੋਣਾ। ਹੰਕਾਰ ਤਾਂ ਬਾਬਾ ਜੀ ਨੇ ਗੋਰਖਾ ਤੋੜ ਦਿੱਤਾ ਸੀ, ਜਿਹਨੇ ਦੁਨੀਆਂ 'ਤੇ ਅੱਜ ਰਾਜ ਕਰਨਾ ਸੀ, ਕੱਖੋ ਹਲਕ ਪਾਤਾ ਸੀ ਬਾਬਾ ਜੀ ਨੇ 2 ਮਿੰਟਾਂ 'ਚ ਉਹਨੂੰ। ਜਿਹੜੇ ਦਿਨ ਪੀਰ ਫਿਰਾਂ ਦੇ ਹੈਗੇ, ਜੇ ਆਪਾਂ ਥੋੜ੍ਹਾ ਬਹੁਤਾ ਵੀ ਕਰ ਲੈਂਦੇ ਹਾਂ ਤਾਂ ਆਪਣੇ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਹੋ ਸਕਦੀ ਆ। ਜੇ ਸੱਚੇ ਮਨ ਕਰੀਏ ਭਾਵੇਂ ਇੰਨਾ ਕਰੀਏ, ਉਹਨੂੰ ਫਲ ਆਪੇ ਹੀ ਬਾਬੇ ਸਵਾਲ ਕਰ ਦਿੰਦੇ ਆ। ਕਰ ਆਪਣਾ ਹਰਜੀ ਦਾ ਉਹ ਸੱਚੇ ਦਰਬਾਰ ਕਰਾਂ, ਸ਼ਹੀਦ ਦਸਵੀਆਂ ਸੰਤਾਂ ਪੀਰਾਂ ਫਕੀਰਾਂ ਦਾ ਉਹ ਸੱਚੇ ਦਰਬਾਰ ਕੀ ਜੈ, ਬਾਬਾ ਦੇ ਨਾਮ ਦੀ ਮਹਾਰਾਜ ਦਾ ਉਹ ਸੱਚੇ ਦਰਬਾਰ ਕੀ ਜੇ, ਕਰ ਆਪਣਾ ਹਰ ਬਾਬਾ ਜੀ ਦਾ ਉਹ ਸੱਚੇ ਦਰਬਾਰ। ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਥੋੜ੍ਹੇ ਟਾਈਮ ਲਈ ਕੀਰਤਨ ਬੰਦ ਕਰ ਦੇਣਾ ਅਤੇ ਸਾਰੇ ਜਿਹੜੇ ਜਾ ਕੇ ਲੰਗਰ ਛਕਿਓ ਅਤੇ ਦਰਬਾਰ ਦੇ ਵਿੱਚ ਫਿਰ ਆਪਾਂ ਜਿਹੜਾ ਲੰਗਰ ਬਾਬਾ ਜੀ ਦੇ ਚੱਲ ਰਹੇ ਆ, ਲੰਗਰ ਦੀ ਸੰਗਤਾਂ ਸਾਰੀਆਂ ਇੱਕ ਵਾਰੀ ਛਕਿਓ।
ਸੱਚੇ ਦਰਬਾਰ ਦੇ ਵਿੱਚ ਬੈਠ ਕੇ ਪ੍ਰਾਰਥਨਾ।